ਨਗਿੰਦਰ ਸਿੰਘ ਗਿੱਲ ਚੂੜ ਚੱਕ ਦੀ ਅੱਜ ਤੁਹਾਨੂੰ ਯਾਦ ਦਵਾਈ ਸੀ 2 April 1947 ਨੂੰ ਵੋਟ ਪਾਉਣ ਦਾ ਅਧਿਕਾਰ ਉਹਨਾਂ ਨੇ ਲਿਆ ਸੀ ਸਰਦਾਰ ਨੇ ਜਿੱਦਣ ਪੀਰਸਨ ਸਾਨੂੰ ਕਹਿੰਦਾ ਸੀ ਵੀ ਇਹ ਬੇਹੂਦੇ ਨੇ ਇਹ ਕਮੀਨੇ ਨੇ ਇਹ ਦਲ ਬਦਲੂ ਨੇ ਭਾਰਤੀਆਂ ਤੇ ਵਿਸ਼ਵਾਸ ਨਹੀਂ ਕੀਤਾ ਜਾਣਾ ਉਹਨਾਂ ਸੀਟਾਂ ਤੇ ਸਾਡੇ ਅੱਜ ਐਮ ਐਲ ਏ ਬੈਠੇ ਨੇ ਤੇ ਮਨਿਸਟਰ ਬੈਠੇ ਨੇ 1944 ਦੀ ਗੱਲ ਹੈ 47 ਦੇ ਵਿੱਚ 2 April ਨੂੰ ਸਰਦਾਰ ਉਹਨਾਂ ਨੇ ਬਫਤ ਦੇ ਨਾਲ ਇਸ ਨੂੰ ਜਿੱਤ ਕੀਤੀ ਅੱਜ ਦਾ ਬਹੁਤ ਵੱਡਾ ਦਿਨ ਹੈ ਇਸੇ ਦਿਨ ਤੇ ਮੇਰੇ ਨਾਲ ਹੋਂਸਰਾ ਰਾਜ ਸਿੰਘ ਪੰਡਾਲ ਤੇ ਸਨੀ ਖਰੋੜ ਆਏ ਹੋਏ ਨੇ ਪਿਛਲਾ ਇੱਕ ਆਪਾਂ ਸ਼ੋਅ ਕੀਤਾ ਸੀ ਅ ਕਿ ਸਾਡੀ ਆਈਡੈਂਟੀਟੀ ਕੀ ਹੈ ਸ਼ਖਸੀਅਤ ਤਾਂ ਉਗੜ ਜਾਏਗੀ ਸ਼ਖਸੀਅਤ ਤਾਂ ਬਣ ਜਾਏਗੀ ਪਰ ਸਾਡੀ ਖਸਲਤ ਕੀ ਹੈ ਕਿੱਥੋਂ ਅਸੀਂ ਤੁਰਿਆ ਬਹੁਤ ਸਲੋਗਨ ਬਾਹਰ ਕਮਿਊਨਿਟੀ ਨੇ ਸ਼ੁਰੂ ਕੀਤੇ ਜੀ ਚੋ ਕਹਿੰਦੇ ਆਈ ਐਮ ਨਾਟ ਅ ਸਾਊਥ ਏਸ਼ੀਅਨ ਆਈ ਐਮ ਅ ਸਿੱਖ ਕੈਨੇਡੀਅਨ ਇਹ ਸਵਾਲ ਵੀ ਆਉਂਦਾ ਪੋਲਿਟਿਸ਼ੀਅਨ ਨੂੰ ਆਉਂਦਾ ਕਿ ਕਿਸੇ ਵੀ ਕਮਿਊਨਿਟੀ ਮੈਂਬਰ ਨੂੰ ਆ ਸਕਦਾ ਵੀ ਤੂੰ ਕਈਆਂ ਕੈਨੇਡੀਅਨ ਆ ਜਾਂ ਸਿੱਖ ਆ ਪਹਿਲਾਂ ਜਾਂ Hindu ਆ ਜਾਂ ਕੋਈ ਵੀ ਹੋ ਹਰ ਇੱਕ ਬੰਦੇ ਦਾ ਆਪਣਾ ਧਰਮ ਆ ਹੋਗਾ ਵੀ ਮੈਂ ਪਹਿਲਾਂ ਸਿੱਖ ਆ ਉਹਦੇ ਬਾਅਦ ਮੈਂ ਕੈਨੇਡੀਅਨ ਆ ਸਿੰਪਲ ਇਜ਼ ਦੈਟ ਸੋ ਇਹਦੇ ਤੇ ਇਸ਼ੂਜ਼ ਬਹੁਤ ਨੇ ਜਿਹੜੇ ਸਾਨੂੰ ਤਾਂ ਸਾਂਝੇ ਇਕੱਠ ਚ ਇੱਕ ਘੰਟਾ ਪਹਿਲਾਂ ਕੰਮ ਛੱਡ ਕੇ ਆਉਣਾ ਔਖਾ ਲੱਗਦਾ ਹੈ ਸਾਨੂੰ ਵੋਟਾਂ ਪਾਉਣ ਵਾਲਾ ਦਿਨ ਆਉਣਾ ਔਖਾ ਲੱਗਦਾ ਹੈ 100 ਬੰਦਿਆਂ ਦੀ ਕਿਸਮ ਦਾ ਫੈਸਲਾ 30 ਬੰਦੇ ਕਰਦੇ ਆ ਤੇ ਅਸੀਂ ਫਿਰ ਉਹ 4 ਸਾਲ ਐਕਸੈਪਟ ਕਰਦੇ ਇਹਨਾਂ ਸਾਂਝੇ ਕੰਮਾਂ ਦੇ ਬਾਰੇ ਨਿਗਾਹ ਰੱਖਣੀ ਕੋਖ ਰੱਖਣੀ ਇਹ ਸਾਉਥ ਏਸ਼ੀਅਨ ਸ਼ਬਦ ਕਿੱਥੋਂ ਸ਼ੁਰੂ ਹੋਇਆ ਇਸ ਦੇ ਬਾਰੇ ਪਿਛਲੀ ਵਾਰ ਦੱਸ ਕੇ ਗਏ ਸੀ ਹੁਣ ਅਜਾਇਬ ਘਰ ਦੀ ਗੱਲ ਚੱਲ ਰਹੀ ਹੈ ਮਿਊਜ਼ੀਅਮ ਦੀ ਗੱਲ ਚੱਲ ਰਹੀ ਹੈ ਉਹਦੇ ਬਾਰੇ ਜਾਂ ਪਿਛਲੇ ਦਿਨੀ ਇੱਕ ਬਰਨਵੀ ਦੇ ਵਿੱਚ ਇੱਕ ਪ੍ਰਦਰਸ਼ਨੀ ਹੋਈ ਬਰਨਵੀ ਮਿਊਜ਼ੀਅਮ ਦੇ ਵਿੱਚ ਉਹਦੇ ਵਿੱਚ ਵੀ ਕੁਝ ਅਜਿਹੇ ਨੁਕਤੇ ਸਾਂਝੀ ਸ੍ਰੀ ਭੰਡਾਲ ਤੇ ਸਣੀ ਖਰੋੜੋਣੀ ਗੱਲ ਕਰਨੀ ਚਾਹੁੰਦੇ ਨੇ ਭਾਈ ਜੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਹ ਵਾਹਿਗੁਰੂ ਜੀ ਦੀ ਫਤਹ ਜੀ ਔਰ ਸਾਰੇ ਸੁਣਨ ਵਾਲਿਆਂ ਨੂੰ ਵੀ ਫਤਹ ਬੁਲਾਉਣੇ ਆ ਜੀ ਅਸੀਂ ਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਤਹ ਬੁਲਾਉਣੇ ਆ ਜੀ ਸੁਣਨ ਵਾਲਿਆਂ ਨੂੰ ਬੀਰਾ ਜੀ ਬਰਨਵੀ ਦੇ ਵਿੱਚ ਜਿਹੜਾ ਇਹ ਕੀ ਸੀ ਉਹ ਜਿੱਥੇ ਜਿਹੜਾ ਤੁਸੀਂ ਕੁਝ ਮਹਿਸੂਸ ਕੀਤਾ ਵੀ ਇਹ ਹੈ ਪ੍ਰੋਪਰ ਨਹੀਂ ਹੈ ਬਰਨਵੀ ਜੀ ਇੱਕ ਆਪਣੇ ਆਪਣੇ ਪ੍ਰੋਫੈਸਰ ਸਾਹਿਬ ਨੇ ਉਹਨਾਂ ਨੇ ਆਪਾਂ ਨੂੰ ਕੁਝ ਵੀਡੀਓ ਭੇਜੀਆਂ ਸੀਗੀਆਂ ਠੀਕ ਜਦੋਂ ਅਸੀਂ ਉਹ ਵੀਡੀਓ ਦੇਖੀਆਂ ਤੇ ਫਿਰ ਕੁਦਰਤੀ ਆ ਬਈ ਉਸੁਕਤਾ ਹੋਈ ਵੀ ਜਾ ਕੇ ਦੇਖੀ ਉੱਥੇ ਹੈ ਕੀ ਆ ਕਿਉਂਕਿ ਉਹ ਰੇਸਿਜ਼ਮ ਦੇ ਖਿਲਾਫ ਐਗਜ਼ਿਬਿਸ਼ਨ ਹੈ ਤੇ ਅਸੀਂ ਐਜ਼ ਅ ਪੰਜਾਬੀ ਐਜ਼ ਅ ਸਿੱਖ ਰੇਸਿਜ਼ਮ ਦੇ ਖਿਲਾਫ ਹਰੇਕ ਥਾਂ ਤੇ ਆਵਾਜ਼ ਉਠਾਉਣੀ ਆ ਜੀ ਤੋ ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਅਸੀਂ ਚਾਰ ਜਾਨੇ ਸੀਗੇ ਜੀ ਔਰ ਸਾਡੀ ਮਤਲਬ ਸਾਨੂੰ ਹੈਰਾਨੀ ਵੀ ਆਈ ਰੋ ਵੀ ਆਇਆ ਕਿ ਉਸ ਐਗਜ਼ੀਬਿਸ਼ਨ ਦਾ ਨਾਮ ਹੀ ਸਿਰਫ ਐਂਟੀ ਰੇਸਿਜ਼ਮ ਆ ਪਰ ਉਹ ਸਿੱਖਾਂ ਤੇ ਜੱਟਾਂ ਤੇ ਪੰਜਾਬੀਆਂ ਦੇ ਸਿਰ ਤੇ ਜੁੱਤੀਆਂ ਮਾਰੀਆਂ ਗਈਆਂ ਉਹਦੇ ਵਿੱਚ ਸਾਨੂੰ ਬੜਾ ਦੁੱਖ ਹੋਇਆ ਦੂਸਰਾ ਸਾਨੂੰ ਇਸ ਗੱਲ ਦਾ ਦੁੱਖ ਹੋਇਆ ਕਿ ਫੈਡਰਲ ਗਵਰਨਮੈਂਟ ਨੇ ਉਹਦੀ ਫੰਡਿੰਗ ਕੀਤੀ ਆ ਹੂੰ ਸੋ ਅਸੀਂ ਕਈ ਵਾਰੀ ਚਲੋ ਸਮਝ ਜਾਂਦੇ ਆ ਕੋਈ ਟ੍ਰਾਂਸਲੇਸ਼ਨ ਨਹੀਂ ਸਮਝ ਆਈ ਉਹਨਾਂ ਨੂੰ ਜਾਂ ਕਿਦਾਂ ਪਰ ਜਿਹੜੇ ਬੰਦੇ ਕਰ ਰਹੇ ਨੇ ਜਿਹੜਾ ਉਹਦਾ ਫੀਤਾ ਕੱਟ ਰਹੇ ਨੇ ਜਿਹੜੇ ਉੱਥੇ ਉੱਥੇ ਸ਼ਾਮਲ ਹੋ ਰਹੇ ਨੇ ਉੱਥੇ ਇੱਕ ਪੈਨਲ ਲੱਗਾ ਹੋਇਆ ਘਟੋ-ਘਟ ਅੱਧੀ ਦਰਜਣ ਯੂਨੀਵਰਸਿਟੀਆਂ ਦੇ ਨਾਮ ਲਿਖੇ ਹੋਏ ਨੇ ਅੱਧੀ ਦਰਜਣ ਬਿਜ਼ਨਸਾਂ ਦੇ ਨਾਮ ਲਿਖੇ ਹੋਏ ਨੇ ਔਰ ਮੈਨੂੰ ਸਮਝ ਨਹੀਂ ਲੱਗ ਰਹੀ ਕਿ ਇਹ ਕਿੱਦਾਂ ਹੋਇਆ ਔਰ ਅੱਜ ਮੈਨੂੰ ਪਤਾ ਲੱਗਾ ਕਿ ਕੁਝ ਸਕੂਲਾਂ ਦੇ ਉੱਪਰ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਤੁਸੀਂ ਸਟੇਟਮੈਂਟਸ ਜਾਰੀ ਕਰੋ ਕਿ ਇਹ ਐਗਜ਼ੀਬਿਸ਼ਨ ਸਹੀ ਹੈ ਏਦਾਂ ਹੀ ਕੁਆਂਟਲਨ ਤੋਂ ਮੈਂ ਨਾਮ ਨਹੀਂ ਲੈਣਾ ਇੱਕ ਪ੍ਰੋਫੈਸਰ ਨੇ ਉਹਨਾਂ ਤੇ ਵੀ ਬਹੁਤ ਪ੍ਰੈਸ਼ਰ ਪਾਇਆ ਜਾ ਰਿਹਾ ਸੋ ਤੁਸੀਂ ਦੇਖੋ ਔਰ ਪੰਜ ਬੰਦੇ ਜਿਹੜਾ ਜਿਨ੍ਹਾਂ ਦਾ ਨਾਮ ਲਿਖਿਆ ਹੋਇਆ ਉਹਨਾਂ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਜੀ 2 ਸਾਲ ਪਹਿਲਾਂ ਸਾਨੂੰ ਐਂਟੀ ਰੈਸਿਜ਼ਮ ਦੇ ਨਾਮ ਤੇ ਇਹਨਾਂ ਨੇ ਹਮਾਇਤ ਲਈ ਸੀ ਪਰ ਸਾਨੂੰ ਉਹਦਾ ਕੰਟੈਂਟ ਨਹੀਂ ਸੀ ਪਤਾ ਮੈਂ ਕਿਹਾ ਜੀ ਮੇਰੀ ਬੇਨਤੀ ਇਹ ਆ ਕਿ ਉੱਥੇ ਜਾ ਕੇ ਦੇਖੋ ਔਰ ਕੀ ਆ ਜੇ ਤੁਹਾਨੂੰ ਲੱਗੇ ਠੀਕ ਹੈ ਫਿਰ ਹਮਾਇਤ ਜਾਰੀ ਰੱਖੋ ਪਰ ਜੇ ਤੁਹਾਨੂੰ ਲੱਗੇ ਦੇਖ ਸਾਰੀ ਫਿਰ ਉਹ ਜਿਹੜੀ ਹਮਾਇਤ ਆ ਉਹਨੂੰ ਵਾਪਸ ਲਾਓ ਕਿਉਂਕਿ ਬਹੁਤ ਵਾਰੀ ਹਮਾਇਤ ਦਿੱਤੀ ਜਾਂਦੀ ਹੈ ਤੇ ਜਦੋਂ ਉਹਦੇ 'ਚ ਕੋਈ ਖਰਾਬੀ ਹੁੰਦੀ ਹੈ ਹਮਾਇਤ ਲੋਕੀ ਵਾਪਸ ਲੈ ਲੈਂਦੇ ਆ ਉਹ ਉਹ ਕਹਿ ਦਿੰਦੇ ਨੇ ਵੀ ਇਹਦੀ ਇੰਟੈਂਟ ਇਹ ਸੀ ਤੇ ਇਹਦਾ ਇਦਾਂ ਸੀ ਪਰ ਮੇਰਾ ਖਿਆਲ ਇਹਦਾ ਇੱਕ ਪਿਛੋਕੜ ਇਹ ਆ ਜੀ ਕਿ ਐਂਟੀ ਰੇਸਿਜ਼ਮ ਦੇ ਉੱਪਰ 200 ਜਾਂ 300 ਮਿਲੀਅਨ ਦੀ ਗ੍ਰਾਂਟ ਹੈ ਫੈਡਰਲ ਗਵਰਨਮੈਂਟ ਦੀ ਔਰ ਹਰੇਕ ਉਹਨੂੰ ਚੋਣਾ ਚਾਹੁੰਦਾ ਆ ਦੱਸਣਾ ਚਾਹੁੰਦਾ ਚੋਣਾ ਸ਼ਾਇਦ ਮੈਂ ਥੋੜਾ ਗਲਤ ਲਫ਼ਜ਼ ਵਰਤ ਲਿਆ ਕਈ ਬਹੁਤ ਸੋਹਰਦ ਲੋਕ ਨੇ ਜਿਹੜੇ ਐਂਟੀ ਰੇਸਿਜ਼ਮ ਤੇ ਗੱਲ ਕਰ ਰਹੇ ਨੇ ਉਹਨਾਂ ਦੇ ਤੇ ਅਸੀਂ ਨਾਲ ਖੜੇ ਆ ਹਾਂਜੀ ਪਰ ਜਿਹੜੇ ਐਂਟੀ ਰੇਸਿਜ਼ਮ ਦਾ ਲਿਖ ਕੇ ਸਿੱਖਾਂ ਤੇ ਪੰਜਾਬੀਆਂ ਤੇ ਜੱਟਾਂ ਨੂੰ ਵਾਈਟਸ ਪਰਮਸੀਨਾ ਕੰਪੇਅਰ ਕਰਨਾ ਚਾਹੁੰਦੇ ਆ ਉਹਨਾਂ ਨੂੰ ਅਸੀਂ ਬੇਨਤੀ ਕਰ ਰਹੇ ਹਾਂ ਹਲੇ ਹਾਲ ਦੀ ਘੜੀ ਵੀ ਪਲੀਜ਼ ਇਦਾਂ ਨਾ ਕਰੋ ਕਿਉਂਕਿ ਤੁਸੀਂ ਸਾਡੇ ਭੈਣਾ ਭਰਾ ਹੋ ਤੁਸੀਂ ਹੂੰ ਸੋ ਬੇਨਤੀ ਕਰ ਰਹੇ ਹਾਂ ਅਸੀਂ ਇਹ ਜੀ ਜੀ ਸਦੀ ਜੀ ਤੁਸੀਂ ਵੀ ਗਏ ਹੋ ਕੀ ਮਹਿਸੂਸ ਕੀਤਾ ਉੱਥੇ ਕੀ ਸੀ ਉਹਦੇ ਅੱਛਾ ਜਿਹੜੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਜਿਹੜੀ ਬਹੁਤ ਇੰਪੋਰਟੈਂਟ ਗੱਲ ਇਹਦੇ ਵਿੱਚ ਇਹ ਹੈਗੀ ਆ ਭਈ ਅਮ ਜਿਹੜੀਆਂ ਪੈਨਲਸ ਉੱਥੇ ਲੱਗੇ ਹੋਏ ਆ ਉਹਨਾਂ ਦੇ ਵਿੱਚ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਆ ਉਹ ਉਹ ਉਹਨੇ ਵਿੱਚ ਜਿਹੜੀ ਕੰਪੈਰੀਜ਼ਨ ਹੈਗੀ ਆ ਉਹ ਕੀਤੀ ਹੋਈ ਆ ਡਾਕਟਰ ਅੰਬੇਡਕਰ ਤੇ ਨਾਲ ਆਪਣੇ ਗੁਰੂ ਸਾਹਿਬਾਂ ਦੀ ਵੀ ਉਹਦੇ ਉਹਨਾਂ ਦੇ ਨਾਲ ਕੰਪੈਰੀਜ਼ਨ ਕੀਤੀਆਂ ਹੋਈਆਂ ਉਹਦੇ ਵਿੱਚ ਤੇ ਜਿਹੜੀ ਬਹੁਤ ਇੰਪੋਰਟੈਂਟ ਗੱਲ ਹੈਗੀ ਆ ਵੀ ਜਿਹੜੇ ਸਾਡੇ ਗੁਰੂ ਸਾਹਿਬ ਨੇ ਉਹ ਸਾਡੇ ਪਗੰਬਰ ਨੇ ਉਹਨਾਂ ਦੀ ਜਿਹੜੀ ਤੁਲਨਾ ਹੈਗੀ ਆ ਉਹ ਉਹਨਾਂ ਦੇ ਨਾਲ ਨਹੀਂ ਕੀਤੀ ਜਾ ਸਕਦੀ ਔਰ ਇਹ ਇਹਦੇ ਉੱਤੇ ਜਿਹੜਾ ਵਿਸਥਾਰ ਨਾਲ ਜਿਹੜੀ ਡਿਸਕਸ਼ਨ ਹੋਈ ਉਹਦੀ ਮੈਂ ਰਾਜਪਾਈ ਨੂੰ ਕਹੂੰਗਾ ਉਹ ਥੋੜਾ ਇਹਦੇ ਬਾਰੇ ਹੋਰ ਜ਼ਿਆਦਾ ਦੱਸਣ ਭਾਈ ਜੀ 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 ਇਹਦਾ ਜਿਹੜਾ ਪਹਿਲਾ ਪੈਨਲ ਹੈ ਜੀ ਉਹਦੇ ਜੇ ਤੁਸੀਂ ਦੇਖਦੇ ਹੋ ਨਾ ਉੱਥੇ ਫੂਲਨ ਦੇਵੀ ਡਾਕਟਰ ਅੰਬੇਦਕਰ ਨੌਦੀਪ ਕੌਰ ਗਿਆਨੀ ਦੇਵ ਸਿੰਘ ਭਗਤ ਸਿੰਘ ਤੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਹੁਣ ਤੁਸੀਂ ਕੰਪੈਰੀਜ਼ਨ ਦੇਖੋ ਕਿਦਾਂ ਹੋ ਰਿਹਾ ਹੈ ਉੱਥੇ ਲਿਖਿਆ ਵੀ ਇਹ ਰੈਵੋਲੂਸ਼ਨਰੀ ਸੀਗੇ ਸਾਰੇ ਕਮਾਲ ਤੁਸੀਂ ਇਹ ਮਤਲਬ ਇਹ ਤਾਂ ਦੇਖ ਕੇ ਮਤਲਬ ਹੁਣ ਮੈਂ ਤੁਹਾਨੂੰ ਕੀ ਕਹਾਂ ਕੀ ਹੋਣਾ ਚਾਹੀਦਾ ਦੇਖ ਕੇ ਇੰਦਾਂ ਹੀ ਜਿਹੜਾ ਇਹ ਪੈਨਲ ਆ ਉਹਦੇ ਵਿੱਚ ਇਹ ਲਿਖਿਆ ਵੀ ਜਿਹੜਾ ਇਹ ਜਿਹੜਾ ਵਰਨ ਸਿਸਟਮ ਆ ਇਹ ਹਿੰਦੂ ਕਾਸਟ ਸਿਸਟਮ ਆ ਹਮਮ ਔਰ ਉਹਦੇ ਵਿੱਚ ਫਿਰ ਬੜੀ ਸ਼ੈਤਾਨੀ ਨਾਲ ਇਹ ਪਾਇਆ ਗਿਆ ਕਿ ਸਿੱਖ ਵੀ ਇਹਦਾ ਵਿਰੋਧ ਕਰਦੇ ਨੇ ਪਰ ਪੰਜਾਬੀ ਡਾਇਸਪੋਰਾ ਤੇ ਡਾਇਸਪੋਰਾ ਦੇ ਵਿੱਚ ਜਿਹੜੀਆਂ ਰਿਲੀਜੀਅਸ ਕਮਿਊਨਿਟੀਆਂ ਨੇ ਉਹ ਇਹਦੇ ਹੱਕ ਚ ਨੇ ਜਾਂ ਇਹਦੀ ਹਮਾਇਤ ਕਰਦੀਆਂ ਨੇ ਕਿ ਦਲਤਾਂ ਨੂੰ ਦਬਾਇਆ ਜਾਵੇ ਹੂੰ ਸੋ ਹੁਣ ਤੁਸੀਂ ਮੈਨੂੰ ਦੱਸੋ ਇੱਕ ਥਾਂ ਤੇ ਤੁਸੀਂ ਕਹਿੰਦੇ ਹੋ ਵੀ ਸਿੱਖ ਇਹਨੂੰ ਆਪੋਜ਼ ਕਰਦਾ ਦੂਜੀ ਥਾਂ ਤੇ ਤੁਸੀਂ ਕਹਿੰਦੇ ਹੋ ਕਿ ਪੰਜਾਬੀ ਡਾਇਸਪੋਰਾ ਦੀਆਂ ਜਿਹੜੀਆਂ ਰਿਲੀਜੀਅਸ ਕਮਿਊਨਿਟੀਆਂ ਨੇ ਜਿਹੜੇ ਸਿੱਖ ਨੇ ਉਹ ਸਿੱਖ ਨੇ ਹਿੰਦੂ ਨੇ ਜਾਂ ਜਿਹੜੇ ਵੀ ਡਾਇਸਪੋਰਾ ਚ ਪਰ ਮੈਨੂੰ ਮੇਰਾ ਸਵਾਲ ਜਿਹੜਾ ਨੇ ਐਗਜ਼ੀਬਿਸ਼ਨ ਨੇ ਕੀਤੀ ਉਹਨਾਂ ਨੂੰ ਇਹ ਹੈ ਕਿ ਇਹਦੇ ਵਿੱਚ ਜੇ ਤੁਸੀਂ ਧਰਮਾਂ ਦਾ ਨਾਮ ਲੈਣਾ ਹੈਗਾ ਫਿਰ ਤੁਸੀਂ ਸਿੱਖ ਦੇ ਨਾਮ ਮੁਸਲਮਾਨ ਉਹਦੇ ਨਾਲ ਕਾਤੇ ਨਹੀਂ ਰੱਖਿਆ ਹਿੰਦੂ ਤਾਂ ਚਲੋ ਤੁਸੀਂ ਦੱਸ ਦਿੱਤਾ ਵਰਨ ਸਿਸਟਮ ਜੈਨ ਬੋਧੀ ਹੋਰ ਵੀ ਦੱਸਦੇ ਵੀ ਉਹ ਕੀ ਕਹਿੰਦੇ ਨੇ ਕਿਉਂਕਿ ਤੁਸੀਂ ਇੱਧਰ ਚੈਰੀ ਪਿਕ ਨਹੀਂ ਕਰ ਸਕਦੇ ਨਾ ਤੁਹਾਡੇ ਫੀਲਿੰਗਸ ਤਾਂ ਤੁਹਾਡੀਆਂ ਆਪਣੀਆਂ ਹੋ ਸਕਦੀਆਂ ਪਰਫੈਕਟ ਨਹੀਂ ਹੋ ਸਕਦੇ ਤੁਸੀਂ ਕ੍ਰੀਏਟ ਨਹੀਂ ਕਰ ਸਕਦੇ ਫੈਕਟ ਐਵੇਂ ਹਵਾ ਚੋਂ ਸੋ ਇਹ ਪਹਿਲੇ ਪੈਨਲ ਤੇ ਆ ਜੀ ਤੇ ਉਹਦੇ ਤੋਂ ਬਾਅਦ ਚੋਂ ਜਿਹੜਾ ਦੂਸਰਾ ਪੈਨਲ ਆ ਇੱਕ ਉਹਦੇ ਵਿੱਚ ਸ੍ਰੀ ਗੁਰੂ ਰਵਿਦਾਸ ਸਭਾ ਵੈਨਕੂਵਰ ਲਿਖਿਆ ਹੋਇਆ ਠੀਕ ਹੈ ਅਸੀਂ ਦਲਿਤਾਂ ਦਾ ਬਹੁਤ ਸਤਿਕਾਰ ਕਰਦੇ ਹਾਂ ਜੀ ਉਹਨਾਂ ਦਾ ਉਹ ਰੋਹਾਨੀ ਜਗ੍ਹਾ ਅਸੀਂ ਸਤਿਕਾਰ ਕਰਦੇ ਹਾਂ ਪਰ ਸਾਨੂੰ ਜਿਹੜਾ ਸਾਨੂੰ ਕਲੈਰੀਫਿਕੇਸ਼ਨ ਇਹ ਚਾਹੀਦਾ ਕਿ ਇਹ ਰਵਿਦਾਸ ਸਭਾ ਦੀ ਐਗਜ਼ੀਬਿਸ਼ਨ ਆ ਕਿ ਜਿਨ੍ਹਾਂ ਨੇ ਕਰਾਈ ਹੋਈ ਉਹ ਹੈ ਐਗਜ਼ੀਬਿਸ਼ਨ ਉਹ ਆਪਣੇ ਆਪ ਨੂੰ ਜੇ ਤਾਂ ਗੁਰੂ ਰਵਿਦਾਸ ਸਭਾ ਨੇ ਕਰਾਈ ਆ ਫੇਰ ਤਾਂ ਗੁਰੂ ਆਪਣੇ ਆਪ ਨੂੰ ਕਹਿ ਸਕਦੇ ਨੇ ਪਰ ਜੇ ਸ਼ੈਤਾਨੀ ਕੀਤੀ ਗਈ ਹੈ ਸਿੱਖਾਂ ਨੂੰ ਹਿੰਟ ਦਿੱਤਾ ਗਿਆ ਕਿ ਤੁਸੀਂ ਵੀ ਰਵਿਦਾਸ ਉਹਨਾਂ ਨੂੰ ਗੁਰੂ ਕਹੋ ਤੇ ਸਿੱਖ ਹਰਗिज ਬਰਦਾਸ਼ਤ ਨਹੀਂ ਕਰੇਗਾ ਸਾਡੇ ਲਈ ਉਹ ਭਗਤ ਨੇ ਸਾਡੇ ਗੁਰੂ ਸਾਹਿਬ ਦਾ ਫਰਮਾਨ ਹੈ ਕਿ ਉਹ ਭਗਤ ਐ ਸੀ ਉਹਨਾਂ ਦੀ ਰਿਸਪੈਕਟ ਕਰਦੇ ਆ ਭਗਤ ਰਵਿਦਾਸ ਦੀ ਸਾਡੇ ਗੁਰੂ ਸਾਹਿਬ ਦੀ ਬਾਣੀ ਅੰਕਤ ਹੈ ਇਦਾਂ ਹੀ ਜਿਹੜੀ ਉਹਦੇ ਵਿੱਚ ਟਾਈਲਾਂ ਲਗਾਈਆਂ ਹੋਈਆਂ ਨੇ ਉਹ 1267 ਤੋਂ ਸ਼ੁਰੂ ਕੀਤੀਆਂ ਗਈਆਂ ਨੇ ਜਿੱਥੇ ਭਗਤ ਰਵਿਦਾਸ ਬਾਰੇ ਦੱਸਿਆ ਗਿਆ ਫਿਰ ਤਕਰੀਬਨ 200 ਸਾਲ ਦਾ ਜੰਪ ਮਾਰ ਕੇ 1469 ਗੁਰੂ ਨਾਨਕ ਸਾਹਿਬ ਦਾ ਜ਼ਿਕਰ ਕੀਤਾ ਗਿਆ ਫਿਰ ਮੇਰਾ ਖਿਆਲ ਹੈ ਕਿ 500 ਸਾਲ ਦਾ ਜੰਪ ਕਰਕੇ ਫਿਰ ਕੈਨੇਡਾ ਚ ਸਟੋਰੀ ਲਿਆਂਦੀ ਗਈ ਹੈ ਸੋ ਇਹ ਜਦੋਂ ਅਸੀਂ ਦੇਖਦੇ ਆ ਕਿ ਇੱਥੇ ਗੁਰੂ ਨਾਨਕ ਦੇਵ ਜੀ ਦਾ ਮੈਂਸ਼ਨ ਕਰਨ ਦੀ ਲੋੜ ਕੀ ਸੀਗੀ ਇਸੇ ਤਰ੍ਹਾਂ ਫਿਰ 1979 ਤੋਂ ਲੈ ਕੇ 1982 ਤੱਕ ਜਦੋਂ ਸਮਾਂ ਆਉਂਦਾ ਉਹਦੇ ਵਿੱਚ ਇਹ ਦੱਸਿਆ ਜਾਂਦਾ ਕਿ ਕੁਝ ਬੰਦੇ ਅਕਾਲੀ ਸਿੰਘ ਗੁਰਦਾਰੇ ਗਏ ਔਰ ਉਹਨਾਂ ਨਾਲ ਕੋਈ ਤੂਤੂ ਮੈਮੇ ਹੋਏ ਅ ਉਸ ਸੰਗਤ ਚੋਂ ਸਿੱਖ ਸੰਗਤ ਸਿੱਖ ਧਰਮ ਦੇ ਲੋਕ ਸੀ ਇਧਰੋਂ ਰਵਿਦਾਸੀਏ ਸੀਗੇ ਉਹਨਾਂ ਨੇ ਕੋਈ ਤੂਤੂ ਮੈਮੇ ਹੋਣ ਕਰਕੇ ਉਹ ਉਹ ਤੂਤੂ ਮੈਮੇ ਇਸ ਕਰਕੇ ਸੀਗੀ ਕਿ ਗੁਰੂ ਜਿਹੜੇ ਗੁਰਦੁਆਰੇ ਵਾਲੇ ਸੀ ਉਹ ਕਹਿੰਦੇ ਜੀ ਤੁਸੀਂ ਭਗਤ ਰਵਿਦਾਸ ਨੂੰ ਗੁਰੂ ਨਹੀਂ ਕਹਿ ਸਕਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਸ ਕਰਕੇ ਉਹਨਾਂ ਨੇ ਆਪਣਾ ਇੱਕ ਵੱਖਰਾ ਥਾਂ ਬਣਾ ਲਈ ਗੁਰੂ ਘਰ ਹੁਣ ਸਿੱਖ ਤੇ ਤੁਸੀਂ ਇਹ ਜ਼ੋਰ ਨਹੀਂ ਪਾ ਸਕਦੇ ਕਿ ਤੁਸੀਂ ਭਗਤ ਰਵਿਦਾਸ ਨੂੰ ਗੁਰੂ ਕਹੋ ਇਸੀ ਤਰ੍ਹਾਂ ਸਿੱਖ ਰਵਿਦਾਸ ਜਿਹੜੀ ਸੰਗਤ ਹੈ ਉਹਨਾਂ ਤੇ ਜ਼ੋਰ ਨਹੀਂ ਪਾ ਸਕਦਾ ਕਿ ਤੁਸੀਂ ਰਵਿਦਾਸ ਨੂੰ ਭਗਤ ਹੋਣਾ ਨੂੰ ਗੁਰੂ ਨਾ ਕਹੋ ਉਹਨਾਂ ਦੀ ਆਪਣੀ ਮਰਜ਼ੀ ਹੈ ਉਹਨਾਂ ਦੀ ਥਾਂ ਹੈ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਆ ਠੀਕ ਇਸੇ ਤਰ੍ਹਾਂ ਇੱਕ ਕੈਸਟ ਕ੍ਰੋਸ ਲਵਰ ਦਾ ਉਹਦੇ ਤੇ ਪੈਨਲ ਆ ਉਹਦੇ ਚ ਦਰਸਾਇਆ ਗਿਆ ਵੀ ਜਿਹੜੀ ਉਹਦੇ ਚ ਕੈਸਟ ਹੈ ਉਹਨੂੰ ਕ੍ਰੋਸ ਕਰਕੇ ਬਹੁਤ ਮੁਹੱਬਤ ਦੀ ਗੱਲ ਹੋਈ ਉਹ ਚ ਸੱਸੀ ਪੁੰਨੂਆ ਆਪਣਾ ਮਿਰਜ਼ਾ ਸਾਹਿਬਾ ਹੈ ਸੋਹਣੀ ਮਹਿਵਾਲ ਹੈ ਤੇ ਹੀਰ ਰਾਂਝਾ ਹੈ ਹੁਣ ਇਹ ਸਾਰੇ ਦੇ ਸਾਰੇ ਇੱਕ ਆਪਣਾ ਜਿਹੜੀ ਰਿਸਪੈਕਟਡ ਮੁਸਲਮ ਪਾਈਚਾਰਾ ਉਹਦੇ ਨਾਲ ਸੰਬੰਧਤ ਨੇ ਹੈਗੇ ਪੰਜਾਬੀ ਨੇ ਪਰ ਇਹਨਾਂ ਦਾ ਧਰਮ ਸਾਰਿਆਂ ਦਾ ਮੁਸਲਮਾਨ ਸੇਗਾ ਇਹਨਾਂ ਚੋ ਮੇਰੇ ਜਾਚੇ ਜਿੰਨਾ ਕਿ ਸ਼ਾਇਦ ਤੁਸੀਂ ਮੈਨੂੰ ਕਰੈਕਟ ਕਰ ਦਿਓ ਜੇ ਮੈਂ ਗਲਤ ਹੋਵਾਂ ਕਿ ਜਿਹੜੀ ਸੱਸੀ ਸੀਗੀ ਉਹ ਇੱਕ ਬ੍ਰਾਹਮਣ ਦੇ ਘਰ ਪੈਦਾ ਹੋਈ ਸੀ ਔਰ ਕਿਸੇ ਨੇ ਪੁੱਛਾਂ ਦੇ ਨਾਲੇ ਨੇ ਜਾਂ ਕਿਸੇ ਨੇ ਕਿਹਾ ਵੀਦਾ ਮੁਸਲਮਾਨ ਦਾ ਵਿਆਹ ਹੋਣਾ ਉਹਨਾਂ ਨੇ ਉਹਨੂੰ ਇੱਕ ਅਪਰ ਛਾਬੇ ਚ ਪਾ ਕੇ ਪਾਣੀ ਚ ਡੇਢ ਦਿੱਤਾ ਅੱਗੋਂ ਇੱਕ ਧੋਬੀ ਨੇ ਜਿਹੜਾ ਮੁਸਲਮਾਨ ਸੀ ਉਹਨੇ ਚੁੱਕ ਲਿਆ ਸੋ ਜੋ ਉਹਨੇ ਕਿਹਾ ਸੀ ਉਹ ਸੱਚ ਹੋ ਗਿਆ ਕਿ ਉਹਦਾ ਵਿਆਹ ਮੁਸਲਮਾਨ ਨਾਲ ਹੋਏਗਾ ਸੋ ਇੱਥੇ ਤੁਸੀਂ ਜਦੋਂ ਇਹ ਜ਼ਿਕਰ ਕਰਦੇ ਹੋ ਇੱਥੇ ਤੁਸੀਂ ਧਰਮ ਦਾ ਜ਼ਿਕਰ ਨਹੀਂ ਕਰਦੇ ਵੀ ਸਾਰਿਆਂ ਦਾ ਧਰਮ ਕੀ ਸੀਗਾ ਜਿੱਦਾਂ ਦਾ ਤੁਸੀਂ ਕਰੋੜ ਕੇ ਦੱਸਦੇ ਹੋ ਵੀ ਆ ਸਿੱਖ ਆ ਆ ਹਿੰਦੂ ਵਰਨ ਸਿਸਟਮ ਆ ਫਿਰ ਤੁਸੀਂ ਇੱਥੇ ਵੀ ਦੱਸੋ ਵੀ ਇਹ ਕੌਣ ਨੇ ਇਸੇ ਤਰ੍ਹਾਂ ਇੱਕ ਟਾਇਲ ਦੇ ਉੱਪਰ ਚਮਕੀਲੇ ਦੀ ਤਸਵੀਰ ਲਾਈ ਹੋਈ ਆ ਅੱਛਾ ਉਹਦੇ ਵਿੱਚ ਇਹ ਦਰਸਾਇਆ ਗਿਆ ਕਿ ਚਮਕੀਲਾ ਰਵਿਦਾਸੀਆ ਸਿੱਖ ਸੀਗਾ ਔਰ ਜਿਨ੍ਹਾਂ ਨਾਲ ਉਹਦਾ ਵਿਆਹ ਹੋਇਆ ਸੀਗਾ ਉਹ ਭੈਣ ਜੀ ਅਮਰਜੋਤ ਹੁਣੀ ਉਹ ਜੱਟਾਂ ਦੀ ਧੀ ਸੀਗੀ ਔਰ ਜੱਟ ਕਿਉਂਕਿ ਇੰਨੇ ਅੜਬ ਨੇ ਇਹਨਾਂ ਨੂੰ ਪਸੰਦ ਨਹੀਂ ਆਇਆ ਤੇ ਇਹਨਾਂ ਨੇ ਉਸ ਬੱਚੀ ਦਾ ਕਤਲ ਕਰ ਦਿੱਤਾ ਹਾਲਾਂਕਿ ਮੈਂ ਹੁਣ ਇਹ ਤਾਂ ਨਹੀਂ ਕਹਿਣਾ ਚਾਹੁੰਦਾ ਵੀ ਉਹ ਉਹ ਇਹਦੀ ਰੈਲੇਵੈਂਸੀ ਕੀ ਬਣਦੀ ਹੈ ਮੈਂ ਇਹ ਰੈਲੇਵੈਂਸੀ ਮੈਂ ਤੁਹਾਨੂੰ ਦੱਸਦਾ ਜੀ ਕੀ ਬਣਦੀ ਹੈ ਪਰ ਇੱਕ ਫੈਕਟ ਇਹ ਹੈ ਕਿ ਜਿਹੜੀ ਚਮਕੀਲੇ ਉਹਨਾਂ ਦੀ ਵਾਈਫ ਭੈਣਜੀ ਉਹਨੀ ਅਮਰਜੋਤ ਉਹ ਜਟਾਂ ਦੀ ਤੀ ਨਹੀਂ ਸੀਗੀ ਉਹ ਕਿਸੇ ਹੋਰ ਕਾਸਟ ਨਾਲ ਬਿਲੋਂਗ ਕਰਦੇ ਸੀ ਪਰ ਕਿਉਂਕਿ ਮੈਂ ਐਜ਼ ਅ ਸਿੱਖ ਕਾਸਟ 'ਚ ਯਕੀਨ ਨਹੀਂ ਰੱਖਦਾ ਸੋ ਮੈਂ ਇਹ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਉਹ ਫਲਾਨੀ ਕਾਸਟ ਦੇ ਸੀ ਠੀਕ ਹੈ ਜੀ ਇਹਦੀ ਮੇਰੀ ਮੈਨੂੰ ਇਹ ਨਹੀਂ ਇਹ ਸਮਝ ਆ ਰਹੀ ਹੈ ਕਿ ਐਂਟੀ ਰੇਸਿਜ਼ਮ ਦੇ ਨਾਮ ਥੱਲੇ ਫੈਡਰਲ ਗਵਰਨਮੈਂਟ ਨੇ ਤਕਰੀਬਨ ਸ਼ਾਇਦ 2 ਜਾਂ 300 ਮਿਲੀਅਨ ਦੀ ਗ੍ਰਾਂਟ ਇਸ਼ੂ ਕੀਤੀ ਹੋਈ ਆ। ਹਮਮ। ਔਰ ਦੇਖੋ ਗਵਰਨਮੈਂਟ ਦਾ ਇਨੀਸ਼ੀਏਟਿਵ ਕਿੰਨਾ ਅੱਛਾ ਹੈ ਕਿ ਇਸ ਮੁਲਕ ਚੋਂ ਰੇਸਿਜ਼ਮ ਹਟਾਈ ਜਾਵੇ। ਹਮਮ। ਪਰ ਉਹਨਾਂ ਨੂੰ ਸਾਡਾ ਇਹ ਸੁਨੇਹਾ ਆ ਕਿ ਜਿਨ੍ਹਾਂ ਨੂੰ ਤੁਸੀਂ ਗ੍ਰਾਂਟ ਦੇ ਰਹੇ ਹੋ ਉਹਨਾਂ ਨੂੰ ਚੈੱਕ ਜ਼ਰੂਰ ਕਰ ਲਓ ਕਿਉਂਕਿ ਉਹ ਇੱਕ ਨਵੀਂ ਰੇਸਿਜ਼ਮ ਤਾਂ ਨਹੀਂ ਸ਼ੁਰੂ ਕਰ ਰਹੇ। ਹਮਮ। ਔਰ ਜਿਹੜੇ ਆਰਗੇਨਾਈਜ਼ਰ ਨੇ ਇਹਨਾਂ ਚ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਕਿਉਂਕਿ ਹਰੇਕ ਨਾ ਤੱਕੇ ਹੁੰਦੇ ਨੇ ਤੁਹਾਡੇ ਨਾਲ ਹੋਏ ਹੋਊਗੇ ਮੇਰੇ ਨਾਲ ਹੋਏ ਹੋਊਗੇ ਮੈਂ ਆਪਣਾ ਪਰਸਨਲ ਤੱਕਾ ਕਿਸੇ ਕੌਮ ਤੋਂ ਕਿਸੇ ਪੰਥ ਤੋਂ ਕਿਸੇ ਰੇਸ ਤੋਂ ਕਿਸੇ ਜਾਤ ਤੋਂ ਨਹੀਂ ਲੈ ਸਕਦਾ ਸੋ ਬੇਨਤੀ ਮੇਰੀ ਹੈ ਕਿ ਇਦਾਂ ਨਾ ਕਰੋ ਜੀ 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 ਸਣੀ ਜਿਹੜਾ ਮਿਊਜ਼ੀਅਮ ਬਾਰੇ ਤੁਸੀਂ ਤੁਹਾਡੇ ਕੋਲ ਫੈਕਟਸ ਬਹੁਤ ਨੇ ਹੁਣ ਮਿਊਜ਼ੀਅਮ ਜਿਹੜਾ ਸਾਊਥ ਏਸ਼ੀਆਨ ਤੋਂ ਅੱਗੇ ਕਿੱਧਰ ਨੂੰ ਜਾ ਰਿਹਾ ਹੈ ਹੁਣ ਜਿਹੜਾ ਕੱਲ ਕੋਈ ਅਨਾਉਂਸਮੈਂਟ ਹੋਈ ਹੈ ਹਾਂਜੀ ਹਾਂ ਤੋ ਜਿਹੜੀ ਅਨਾਉਂਸਮੈਂਟ ਹੋਈ ਹੈਗੀ ਆ ਉਹਦਾ ਮੇਨ ਗੱਲ ਇਹ ਆ ਵੀ ਹੁਣ ਜਿਹੜਾ ਨਾਮ ਹੈਗਾ ਆ ਪਹਿਲਾਂ ਸੀਗਾ ਵੀ ਉਹਦਾ ਨਾਮ ਸਾਊਥ ਏਸ਼ੀਅਨ ਮਿਊਜ਼ੀਅਮ ਜਿਹੜਾ ਪਿਛਲੇ ਅਪ੍ਰੈਲ ਜਦੋਂ ਇਹਨਾਂ ਦੀ ਮੀਟਿੰਗ ਹੋਈ ਸੀਗੀ ਤੇ ਉਦੋਂ ਸਾਊਥ ਏਸ਼ੀਅਨ ਮਿਊਜ਼ੀਅਮ ਨਾਂ ਤੇ ਉਹ ਉਹਨੂੰ ਰੱਖ ਦਿੱਤਾ ਗਿਆ ਸੀਗਾ ਉਹਦੇ ਬਾਅਦ ਜਦੋਂ ਇਹ ਮਹਿੰਮ ਚੱਲੀ ਆਈ ਐਮ ਨਾਟ ਸਾਊਥ ਏਸ਼ੀਅਨ ਉਹਦੇ ਬਾਅਦ ਜਿਹੜਾ ਹੈ ਉਹ ਕੰਸਲਟੇਸ਼ਨਸ ਹੋਈਆਂ ਹੋਰ ਕਈ ਪੈਨਲ ਬਣੇ ਕਈ ਕੁਝ ਹੋਇਆ ਪਰ ਹੁਣ ਗਵਰਨਮੈਂਟ ਨੇ ਜਿਹੜੀ ਅਨਾਉਂਸਮੈਂਟ ਕੀਤੀ ਆ ਉਹਦੇ ਵਿੱਚ ਇਹ ਕੈਨੇਡੀਅਨਸ ਆਫ ਸਾਊਥ ਏਸ਼ੀਅਨ ਹੈਰੀਟੇਜਸ ਮਿਊਜ਼ੀਅਮ ਜਿਹੜਾ ਆ ਉਹਦਾ ਨਾਮ ਨਾ ਕੈਨੇਡੀਅਨਸ ਹੁਣ ਫਿਰ ਹੁਣ ਜਾਨੀ ਹੁਣ ਕੈਨੇਡੀਅਨ ਹੋ ਬਣ ਗਿਆ ਹਾਂਜੀ ਐਸੀ ਪਹਿਲਾਂ ਤਾਂ ਨਾ ਜਿਹੜੀਆਂ ਸਾਡੀਆਂ ਮਾਵਾਂ ਨੇ ਸਾਡੀਆਂ ਭੈਣਾਂ ਨੇ ਉਹਨਾਂ ਦਾ ਬਹੁਤ ਅਸੀਂ ਸ਼ੁਕਰਗੁਜ਼ਾਰ ਆ ਹਾਂ ਔਰ ਜਿਨ੍ਹਾਂ ਨੇ ਸਾਡੇ ਲਈ ਅਰਦਾਸ ਕੀਤੀ ਜਿਨ੍ਹਾਂ ਨੇ ਆਪਣੀਆਂ तकरीबन 400 ਵੀਡੀਓ ਸਾਨੂੰ ਭੇਜੀਆਂ ਜਿਹਦੇ ਵਿੱਚ ਸੀਗਾ ਕਿ ਆਮ ਨਾਟ ਸਾਊਥ ਏਸ਼ੀਅਨ ਅ ਪਹਿਲਾਂ ਅਸੀਂ ਸਰਕਾਰ ਨੂੰ ਇਸ ਗੱਲ ਦੀ ਵਧਾਈ ਦਿੰਨੇ ਆ ਕਿ ਉਹਨਾਂ ਨੇ ਜਿਹੜੀ ਪਾਵਰ ਸੀਗੀ ਇਹਨੂੰ ਮੈਂ ਪਾਵਰ ਸੱਦਾਗਾ ਉਹ ਇੱਕ ਗ੍ਰਾਂਟ ਮਾਫੀਆ ਕੋਲੋਂ ਖੋਕੇ ਆਮ ਸਿਟੀਜ਼ਨ ਦੇ ਹੱਥ 'ਚ ਦੇਤੀ ਹੈ ਸੋ ਆਮ ਸਿਟੀਜ਼ਨ ਨੂੰ ਇਹ ਹੱਕ ਦੇ ਦਿੱਤਾ ਕਿ ਤੁਸੀਂ ਭਾਈ ਇਕੱਠੇ ਹੋਵੋ ਇੱਕਠੇ ਹੋ ਕੇ ਸਾਨੂੰ ਸਾਡੇ ਨਾਲ ਕੰਸਲਟ ਕਰੋ ਔਰ ਜਿਹੜੀ ਅੱਜ ਰਿਲੀਜ਼ ਹੈ ਉਹਦੇ ਵਿੱਚ ਲਿਖਿਆ ਹੋਇਆ ਕਿ ਉਹਨਾਂ ਨੂੰ ਅਪ ਟੂ 5000 ਪਰ ਕੰਸਲਟੇਸ਼ਨ ਦਾ ਉਹ ਦੇਣਗੇ ਸੋ ਜਦੋਂ ਉੱਥੇ 5 ਲੱਖ ਲਿਖਿਆ ਹੋਇਆ ਹੈ ਤਾਂ ਮਤਲਬ 100 ਕੰਸਲਟੇਸ਼ਨ ਬ੍ਰਿਟਿਸ਼ ਕੋਲੰਬੀਆ 'ਚ ਹੋਣਗੀਆਂ ਠੀਕ ਸੋ ਦੇਖੋ ਸਰਕਾਰ ਦੀ ਜਦੋਂ ਅਸੀਂ ਬੇਨਤੀਆਂ ਲਾ ਰਹੇ ਪਿਛਲੇ ਸਾਲ ਤੋਂ ਸਰਕਾਰ ਦੀ ਖੂਬਸੂਰਤੀ ਇਹ ਹੈ ਕਿ ਉਹਨਾਂ ਨੇ ਪਾਵਰ ਦੇਖੋ ਆਮ ਲੋਕਾਂ ਦੇ ਹੱਥ ਵਿੱਚ ਦੇ ਦਿੱਤੀ ਆ। ਸੋ ਇਸ ਲਈ ਇਸ ਗੱਲ ਦੀ ਅਸੀਂ ਉਹਨਾਂ ਨੂੰ ਵਧਾਈ ਦੇਣੇ ਆ। ਦੂਜੀ ਅਸੀਂ ਇਹ ਵੀ ਵਧਾਈ ਦੇਣੇ ਆ ਕਿ ਤੁਸੀਂ ਸਾਨੂੰ ਸਾਊਥ ਏਸ਼ੀਆ ਨਹੀਂ ਸੱਦ ਰਹੇ। ਤੁਸੀਂ ਸਾਨੂੰ ਕੈਨੇਡੀਅਨ ਸੱਦ ਰਹੇ ਹੋ। ਉਹ ਉਹ ਅਸੀਂ ਉਹਨਾਂ ਨੂੰ ਵਧਾਈ ਦੇਣਾ ਚਾਹੁੰਦੇ ਆ। ਤੀਜਾ ਹੁਣ ਇਹ ਆ ਕਿ ਉਹਨਾਂ ਨੇ ਇਹ ਪਾਵਰ ਜਦੋਂ ਸਾਰੇ ਸਿਟੀਜ਼ਨ ਨੂੰ ਦਿੱਤੀ ਹੋਈ ਆ। ਤੋ ਸਾਡਾ ਫਿਰ ਉੱਥੇ ਬਣਦਾ ਕਿ ਅਸੀਂ ਆਪਣੀ ਕਪੇਬਿਲਿਟੀ ਤੇ ਕਪੈਸਿਟੀ ਦੇ ਹਿਸਾਬ ਨਾਲ ਅਸੀਂ ਸਰਕਾਰ ਨੂੰ ਦਸੀਏ ਕਿ ਮਿਊਜ਼ੀਅਮ ਕਿੱਥੇ ਹੋਣਾ ਚਾਹੀਦਾ ਇਹਦਾ ਨਾਮ ਕੀ ਹੋਣਾ ਚਾਹੀਦਾ ਔਰ ਇਹਦੇ ਵਿੱਚ ਕੀ ਹੋਣਾ ਚਾਹੀਦਾ ਬੰਜਾਰਾ ਨੂੰ ਮੈਂਦਾ ਇਹ ਸਟੈਂਡ ਹੈ ਕਿ ਅਸੀਂ ਉਹਦਾ ਨਾਮ ਇਸ ਤਰ੍ਹਾਂ ਦਾ ਚਾਹੁੰਦੇ ਆ ਕਿਉਂਕਿ ਪੈਸੇ ਸਾਰਿਆਂ ਲਈ ਲੱਗ ਰਹੇ ਨੇ ਅੱਠਾਂ ਮੁਲਕਾਂ ਲਈ ਕੋਈ ਐਦਾਂ ਦਾ ਖੂਬਸੂਰਤ ਲਫ਼ਜ਼ ਲੱਭਿਆ ਜਾਵੇ ਜਿਹੜਾ ਸਾਰਿਆਂ ਨੂੰ ਪ੍ਰਵਾਨ ਹੋਵੇ ਸੋ ਐਸੀ ਕਹਿੰਦੇ ਹੁੰਨੇ ਉਹਦਾ ਨਾਮ ਸਾਂਝਾ ਰੱਖ ਲਓ ਵਿਰਾਸਤ ਰੱਖ ਲਓ ਵਿਰਸਾ ਰੱਖ ਲਓ ਇੱਕ ਰੱਖ ਲਓ ਕੁਛ ਇਦਾਂ ਦਾ ਖੂਬਸੂਰਤ ਨਾਮ ਕਿਉਂਕਿ ਸਾਡੇ ਖੇਤੇ ਦੀਆਂ ਸਾਰੀਆਂ ਜ਼ਬਾਨਾਂ ਇੰਨੀਆਂ ਰਿਚ ਨੇ ਸਾਡੇ ਕੋਲ ਜ਼ਰੂਰ ਇੱਕ ਲਫ਼ਜ਼ ਹੋਵੇਗਾ ਜਿਹੜਾ ਸਾਰਿਆਂ ਨੂੰ ਪ੍ਰਵਾਨ ਹੋਵੇਗਾ ਸੋ ਅਬਾਊਟ 500 ਕੰਸਲਟੇਸ਼ਨਸ ਹੋਣੀਆਂ ਨੇ ਨਹੀਂ ਜੀ 100 ਹੋਣ ਜੇ 5000 ਦਿੱਤਾ ਨਾ ਤਾਂ 100 ਹੋਣੀਆਂ ਇਹਦੇ ਵਿੱਚ ਸੌਰੀ ਮੈਂ ਇੱਕ ਹੋਰ ਐਡੀਸ਼ਨ ਕਰ ਦਵਾਂ 5000 ਪਰ ਕੰਸਲਟੇਸ਼ਨ ਹਾਂਜੀ ਸੋ 5 ਲੱਖ ਡਾਲਰ ਦਿੱਤਾ 5 ਲੱਖ ਹਾਂਜੀ ਬਈ ਸਿਰਫ ਇਹਦੇ ਲਈ ਉਹਨੂੰ ਆਰਗੇਨਾਈਜ਼ ਕਰਨਗੇ ਉਹ ਪਤਾ ਕਿਵੇਂ ਲੱਗੂਗਾ ਕਿੱਥੇ ਹੋ ਰਹੀ ਹੈ ਉਹ ਜੀ ਲੋਕਾਂ ਤੋਂ ਉਹਨਾਂ ਨੇ ਪੁੱਛਣਾ ਆ ਕਿ ਤੁਸੀਂ ਕਿੱਥੇ ਚਾਹੁੰਦੇ ਹੋ ਮਿਊਜ਼ੀਅਮ ਇਹਦਾ ਨਾਮ ਕੀ ਹੋਵੇ ਤੇ ਇਹਦੇ ਵਿੱਚ ਕੀ ਰੱਖਿਆ ਜਾਵੇ ਇਹਦੀ ਇਹ ਆਰਕਾਈਵ ਸੈਂਟਰ ਬਣੇ ਉਹ ਮਿਊਜ਼ੀਅਮ ਜਾਂ ਇਹ ਲਰਨਿੰਗ ਸੈਂਟਰ ਬਣੇ ਜਾਂ ਪੁਰਾਣੀਆਂ ਚੀਜ਼ਾਂ ਰੱਖੀਆਂ ਜਾਣ ਸੋ ਇਹ ਆਪਣੇ ਜਿਹੜੇ ਜਿਹੜੇ ਸਿਟੀਜ਼ਨਸ ਨੇ ਉਹ ਡਿਸਾਈਡ ਕਰਨਗੇ ਸੋ ਸਾਰੇ ਜਿਹੜੇ ਉਹ ਦੇਸ਼ ਨੇ ਸੱਤੇ ਅੱਠੇ ਦੇਸ਼ ਨੇ ਉਹਨਾਂ ਅੱਠਾਂ ਦਾ ਹੀ ਵਿਰਾਸਤ ਉਹਦੇ 'ਚ ਹੋਏਗੀ। ਹਾਂਜੀ। ਕਿਉਂ ਜੀ ਸਨੀ ਜੀ? ਜੀ 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 ਸਾਰਿਆਂ ਦੀ ਸਾਰਿਆਂ ਦੀ ਵਿਰਾਸਤ ਹੋਏਗੀ। ਇਸੇ ਲਈ ਜਿਹੜਾ ਉਹਦਾ ਨਾਮ ਆ ਉਹਦੇ 'ਚ ਹੈਰੀਟੇਜਸ ਜਿਹੜਾ ਉਹਦੇ ਵਿੱਚ ਲਿਖਿਆ ਹੈ ਹੈਰੀਟੇਜਸ ਮਿਊਜ਼ੀਅਮ ਉਹ ਸਾਰਿਆਂ ਨੂੰ ਜਿਹੜਾ ਉਹਦੇ ਵਿੱਚ ਹੋਏਗੀ। ਸੋ ਜਿਹੜਾ ਜਿਹੜਾ ਇਹ ਇਹ ਗ੍ਰਾਂਟ ਵਾਲਾ ਸਿਸਟਮ ਹੈ ਭਾਈਚਾਰੇ ਦੇ ਵਿੱਚ ਇਹ ਹਰ ਕਾਨੂੰਨੀ ਪਤਾ ਲੱਗਦਾ। ਕਿਵੇਂ ਕਿਵੇਂ অপারেਟ ਕਿਵੇਂ ਹੁੰਦਾ ਹੈ ਜਿਨ੍ਹਾਂ ਨੂੰ ਪਤਾ ਹੈ ਉਹ ਗ੍ਰਾਂਟ ਲੈ ਲੈਂਦੇ ਨੇ ਨਹੀਂ ساری ਜ਼ਿੰਦਗੀ ਬੰਦੇ ਮੱਥਾ ਮਾਰਦੇ ਰਹਿੰਦੇ ਨੇ ਉਹਨਾਂ ਨੂੰ ਕਾਗਜ਼ੇ ਨਹੀਂ ਲਿਖਣੇ ਆਉਦੇ ਸੋ ਇਹ ਵੀ ਇੱਕ ਆਰਟ ਹੈ ਮੈਨੂੰ ਲੱਗਦਾ ਹਾਂਜੀ ਇਹ ਆਰਟ ਵੀ ਹੈ ਇਹ ਮਾਫੀਆ ਵੀ ਮੈਂ ਕਹਿ ਸਕਦਾ ਇਹਨੂੰ ਹਾਂ ਅ ਗ੍ਰਾਂਟ ਦੇਖੋ ਅਗੇਨ ਦੇਖੋ ਜਿਹੜੀ ਗਵਰਨਮੈਂਟ ਆ ਨਾ ਉਹ ਕਿੰਨੀ ਸੁਹੇਰ ਦਿਆ ਆ ਆ ਦੇ ਰਹੇ ਪੈਸੇ ਉਹ ਪੈਸੇ ਦੇ ਰਹੇ ਆ ਹੁਣ ਇਹ ਤੁਹਾਡੇ ਤੇ ਆ ਜੇ ਉਹਦਾ ਮੂੰਹ ਖੁੱਲਾ ਹੋਇਆ ਚਾਟੀ ਦਾ ਆਪਾਂ ਕੀ ਕਰਨਾ ਉਹਦੇ ਵਿੱਚ ਟੈਕਸ ਫੇਅਰ ਦੀ ਮਨੀ ਆ ਜਿੱਦਾਂ ਆਪਾਂ ਕਹਿੰਦੇ ਸਾਡੀ ਮਨੀ ਸਾਡੀ ਮਨੀ ਦਸਵੰਦ ਕਢੋ ਹੂੰ ਅਸੀਂ ਤਾਂ ਇਹ ਕਹਿ ਨਹੀਂ ਰਹੇ ਕਿ ਕਿਸੇ ਨੂੰ ਗ੍ਰਾਂਟ ਨਾ ਮਿਲੇ ਅਸੀਂ ਲੈਣੀ ਆ ਅਸੀਂ ਤਾਂ ਕਿਸੇ ਤੋਂ ਨਾ ਕਦੀ ਡੋਨੇਸ਼ਨ ਲਈ ਆ ਕਦੀ ਨਾ ਗ੍ਰਾਂਟ ਲਈ ਆ ਅਸੀਂ ਤਾਂ ਇਹ ਕਹਿ ਰਹੇ ਆ ਭਾਈ ਜਿਹੜੀ ਪਾਵਰ ਆ ਉਹ ਜਦੋਂ ਆਪਾਂ ਕਹਿੰਦੇ ਆ ਡੈਮੋਕਰੇਸੀ ਫਾਰ ਦਾ ਪੀਪਲ ਆਫ ਦਾ ਪੀਪਲ ਬਾਏ ਦਾ ਪੀਪਲ ਬਾਏ ਦਾ ਪੀਪਲ ਉਹਨਾਂ ਨੂੰ ਦਵੋ ਤੁਸੀਂ ਔਰ ਮੈਂ ਤੁਹਾਨੂੰ ਯਕੀਨ ਨਾ ਕਹਿ ਸਕਦਾ ਜੇ ਗਵਰਨਮੈਂਟ ਇਹ ਕਾਇਦ ਹੋਏ ਨਾ ਵੇ ਸਾਨੂੰ 100 ਵਾਲੰਟੀਅਰ ਚਾਹੀਦਾ ਆਪਣੇ ਮਿਊਜ਼ੀਅਮ ਲਈ ਉੱਥੇ 200 300 ਦੀ ਲਾਈਨ ਲੱਗ ਜਾਣੀ ਆ ਜੀ ਕਿਉਂਕਿ ਲੋਕੀ ਚਾਹੁੰਦੇ ਨੇ ਕਿ ਆਪਣਾ ਸਮਾਂ ਦਈਏ ਔਰ ਉਹਨਾਂ ਦਾ ਕੁਝ ਵੈਸੇ ਵੀ ਉਹਨਾਂ ਦੀ ਇੱਕ ਉਹਨਾਂ ਨੂੰ ਲਰਨਿੰਗ ਹੋਵੇ ਇੱਕ ਜੋ ਉਹਨਾਂ ਨੂੰ ਪਤਾ ਉਹ ਸਿਖਾਉਣ ਇੱਕ ਉਸ ਖੂਬਸੂਰਤ ਥਾਂ 'ਚ ਆਪਣਾ ਹਿੱਸਾ ਪਾਉਣ ਹੂੰ ਬੰਜਾਰਾ ਨੋਮੈਡ ਦਾ ਆਪਣਾ ਤੁਹਾਡਾ ਕੀ ਉਦੇਸ਼ ਹੈ ਕੀ ਕੀ ਕਰਨਾ ਚਾਹੁੰਦੇ ਹੋ ਬੇਸਿਕਲੀ ਮੰਨਦਾ ਚਾਹ ਕਿ ਇਹ ਕਿਤਾ ਤੁਹਾਡੇ ਕੋਲ ਕਲੈਕਟੇਬਲਸ ਤਾਂ ਹੈਗੀਆਂ ਹੈਗੀਆਂ ਉਹ ਤੁਹਾਡੀਆਂ ਪਰਸਨਲ ਨੇ ਬੇਸਿਕਲੀ ਜੀ 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 ਪਰ ਉਹ ਤੁਸੀਂ ਫੇਰ ਵੀ ਚਾਹੁੰਦੇ ਆ ਕਿ ਕਿਤਨਾ ਕਿਤੇ ਕੌਮੀ ਵਿਰਾਸਤ ਬਣੇ ਉਹ ਜੀ 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 ਪਰ ਹੋਰ ਕੀ ਆ ਮੰਨ ਦੇ ਵਿੱਚ ਬੰਜਾਰਾ ਨੋਮੈਡ ਜਿਹੜੀ ਤੁਹਾਡੀ ਜਿਹੜਾ ਜਿਹੜੀ ਜਥੇਬੰਦੀ ਆ ਇਹ ਚ ਕੀ ਕਰਨਾ ਕੀ ਚਾਹੁੰਦੇ ਅਸੀਂ ਜੀ ਉੱਥੇ 3 ਲੱਖ ਲਿਖੇ ਹੋਏ ਨੇ ਅਸੀਂ ਪ੍ਰੀਜ਼ਰਵ ਕਰਨਾ ਚਾਹੁੰਦੇ ਆ ਅਸੀਂ ਲਰਨ ਕਰਨਾ ਚਾਹੁੰਦੇ ਆ ਤੇ ਅਸੀਂ ਸ਼ੇਅਰ ਕਰਨਾ ਚਾਹੁੰਦੇ ਆ ਹੂੰ ਉਹਦੇ ਚ ਟੀਚਿੰਗ ਕਿਤੇ ਨਹੀਂ ਹੈਗੀ ਅਸੀਂ ਕਿਸੇ ਨੂੰ ਕੁਝ ਟੀਚ ਨਹੀਂ ਕਰਨਾ ਚਾਹੁੰਦੇ ਅਸੀਂ ਤਾਂ ਆਪ ਸਿੱਖ ਰਹੇ ਆ ਹੂੰ ਪਰ ਜਿਹੜਾ ਸਾਡਾ ਜਿਹੜਾ ਤੁਸੀਂ ਕਿਹਾ ਨਾ ਸਾਡਾ ਟੀਚਾ ਕੀ ਆ ਹੂੰ ਉਹ ਹੈਗਾ ਇੱਕ ਸਟਰੋਂਗ ਕੈਨੇਡਾ ਕਿ ਸਾਡਾ ਸਾਡੇ ਜਿਹੜੇ ਹਿੰਦੂ ਵੀਰ ਨੇ ਸਾਡੇ ਮੁਸਲਮਾਨ ਵੀਰ ਨੇ ਸਾਡੇ ਜਿਹੜੇ ਰੱਬ ਨੂੰ ਮੰਨਦੇ ਨੇ ਨਹੀਂ ਮੰਨਦੇ ਸਾਡੇ ਚ ਆਪਸੀ ਅੰਡਰਸਟੈਂਡਿੰਗ ਇੰਨੀ ਹੋਵੇ ਕਿ ਜਿਹੜੇ ਪਿਛਲੇ ਹਿਸਟੋਰੀਕਲ ਰੋਂਗ ਹੋਏ ਹੋਏ ਨੇ ਅਸੀਂ ਉਹਨਾਂ ਬਾਰੇ ਵਿਚਾਰਾਂ ਕਰੀਏ ਤੇ ਅਸੀਂ ਇੱਕ ਦੂਜੇ ਤੋਂ ਕੁਝ ਸਿੱਖੀਏ ਕਿ ਆਪਾਂ ਆਗਾਹ ਨੂੰ ਕਿੱਦਾਂ ਵਧਣਾ ਹੈ ਹੁਣ ਇਸ ਮੁਲਕ ਚ ਇੱਕ ਭਾਈਚਾਰੇ ਨੇ ਦੂਜੇ ਨਾਲ ਕਿਤੇ ਹੋਏ ਨੇ ਰੋਂਗ ਔਰ ਉਹਨੂੰ ਮੰਨ ਵੀ ਰਹੇ ਨੇ ਐਕਸੈਪਟ ਕਰ ਹੈਨਾ ਇਦਾਂ ਆਪਾਂ ਅੱਗੇ ਕਿਦਾਂ ਵਧਣਾ ਹੈ ਨਾ ਕਿ ਆਪਾਂ ਐਂਟੀ ਰੇਸਿਜ਼ਮ ਦੇ ਨਾਮ ਥੱਲੇ ਸਰਕਾਰ ਤੋਂ ਗ੍ਰਾਂਟ ਲੈ ਕੇ ਕਿਸੇ ਹੋਰ ਨੂੰ ਬੁਰਾ ਬਣਾਉਣਾ ਹੈ ਇਹ ਇਹ ਵਧੀਆ ਗੱਲ ਨਹੀਂ ਹੈਗੀ ਮੈਂ ਇੱਕ ਗੱਲ ਕਲੀਅਰ ਕਰ ਦਵਾ ਜੀ ਮੈਂ ਕਦੀ ਇਹ ਨਹੀਂ ਕਹਿੰਦਾ ਕਿ ਗ੍ਰਾਂਟ ਮਾੜੀ ਹੈ ਗ੍ਰਾਂਟ ਜ਼ਰੂਰ ਲਓ ਪਰ ਉਹਨੂੰ ਵਰਤੋ ਚੰਗੀ ਤਰ੍ਹਾਂ ਔਰ ਅਸੀਂ ਕੋਈ ਗ੍ਰਾਂਟ ਪੁਲਿਸ ਵੀ ਨਹੀਂ ਹੈਗੇ ਵੀ ਅਸੀਂ ਚਾਹੁੰਦੇ ਤੂੰ ਦੱਸ ਕੀ ਕੀਤਾ ਤੂੰ ਦੱਸ ਕੀਤਾ ਇਹ ਤਾਂ ਤੁਸੀਂ ਆਪਣੀ ਕੌਂਸ਼ੀਅਸ ਤੋਂ ਜਦੋਂ ਕੱਲੇ ਹੋ ਕੇ ਬਹਿਨੇ ਹੋ ਉਦੋਂ ਸੋਚੋ ਵੀ ਜਿਹੜੀ ਗ੍ਰਾਂਟ ਲਈ ਹੈ ਉਹ ਸਹੀ ਥਾਂ ਤੇ ਖਰਚ ਹੋ ਰਹੀ ਨਹੀਂ ਖਰਚ ਤੁਹਾਨੂੰ ਪਤਾ ਲੱਗ ਜਾਣਾ ਸਭ ਤੋਂ ਪਹਿਲਾਂ 1997 ਚ ਸਿੱਖਾ ਏ 750 ਸਾਲ ਹੋ ਗਿਆ ਸਾਨੂੰ ਹਾਂਜੀ 1897 ਸੌਰੀ 750 ਸਾਲ ਹੋ ਗਿਆ ਤੇ ਅੱਜ ਮੈਂ اسرਾਰ ਗਿਲ ਦੀ ਗੱਲ ਨਗਿੰਦਰ ਸਿੰਘ ਉਹਨਾਂ ਦੀ ਕਰਦਾ ਫਟਿਆ ਚਾਹੇ ਅਸੀਂ ਪੰਜਾਬ ਤੋਂ ਆਏ ਪੰਜਾਬੀ ਤੇ ਨਾਨ ਸਿੱਖ ਵੀ ਹੋਣਗੇ ਉਹ ਲੜੇ ਸਾਡੇ ਲਈ ਪਹਿਲੀ 1906 ਦੇ ਵਿੱਚ ਜਥੇਬੰਦੀ ਬਣਦੀ ਆ ਖਾਲਸਾ ਦਵੰਦ ਸੁਸਾਇਟੀ ਜਿਹਨੇ ਸਾਨੂੰ ਰਿਪਰੈਜ਼ੈਂਟ ਕਰਨਾ ਫੇ ਅਸੀਂ ਫਾੜੀ ਕਿਉਂ ਰਹਿ ਜਾਂਦੇ ਆ ਸਾਨੂੰ ਇਹ ਚੀਜ਼ ਹੋਈ ਦਾ ਕਿਵੇਂ ਪਤਾ ਬਾਅਦ ਚ ਲੱਗਦਾ ਵੀ ਆਹ ਹੋ ਗਿਆ ਜੀ ਬਸ ਉਹ ਤਾਂ ਹੁਣ ਲੱਗ ਗਈ ਐਗਜ਼ੀਬਿਸ਼ਨ ਤਾਂ ਉਹਨੇ ਦਿਖਾਤੀ ਪੜ੍ਹਾਤੀ ਸਾਰਿਆਂ ਨੇ ਤਾਂ ਤੁਹਾਡੇ ਅਰਗੇ ਪੰਜ ਚਾਰ ਬੰਦੇ ਨੇ ਜਿਨ੍ਹਾਂ ਨੇ ਉਹ ਚੀਜ਼ ਲੱਭ ਲਈ ਨਹੀਂ ਤਾਂ ਉਹ ਗਈ ਸੀ ਬਸ ਕਿੱਥੇ ਰਹਿ ਜਾਂਦੀਆਂ ਸਾਡੀਆਂ ਜਥੇਬੰਦੀਆਂ ਕਿੱਥੇ ਰਹਿ ਜਾਂਦੇ ਆ ਅਸੀਂ ਇੰਡੀਵਿਜੂਅਲ ਤੌਰ ਤੇ ਦੇਖੋ ਜੀ ਮੈਂ ਕਿਸੇ ਦਾ ਨਾਮ ਨਹੀਂ ਲੈਣਾ 6-7 ਦਿਨਾਂ ਤੋਂ ਮੈਂ ਬਹੁਤ ਬੇਨਤੀਆਂ ਕਰ ਰਿਹਾ ਹੂੰ ਕਿ ਭਾਈ ਐਗਜ਼ੀਬਿਸ਼ਨ ਲੱਗੀ ਆ ਉੱਥੇ ਆਪਣੇ ਗੁਰੂ ਦਾ ਨਰਾਦਰ ਹੋ ਰਿਹਾ ਸਿੱਖਾਂ ਦਾ ਹੋ ਰਿਹਾ ਜੱਟਾਂ ਦਾ ਹੋ ਰਿਹਾ ਪੰਜਾਬੀਆਂ ਦਾ ਹੋ ਰਿਹਾ ਹਾਲਾਂਕਿ ਮੈਂ ਆਪਣੇ ਆਪ ਨੂੰ ਇਹਦੇ ਜੱਟ ਕਦੀ ਆਈਡੈਂਟੀਫਾਈ ਨਹੀਂ ਕਰਦਾ ਪਰ ਬਹੁਤ ਆਪਾਂ ਨੂੰ ਇਹ ਮੰਨਣਾ ਪਏਗਾ ਕਿ ਕੈਨੇਡਾ 'ਚ ਬਹੁਤ ਲੋਕ ਨੇ ਜਿਹੜੇ ਆਪਣੇ ਆਪ ਨੂੰ ਕਰਦੇ ਠੀਕ ਹੈ ਨਾ ਜੀ ਮੈਂ ਉਹਨਾਂ ਨੂੰ ਨਹੀਂ ਕਹਿ ਸਕਦਾ ਭਾਈ ਤੁਸੀਂ ਨਾ ਕਰੋ ਉਹ ਤਾਂ ਉਹਨਾਂ ਦੀ ਮਰਜ਼ੀ ਫ੍ਰੀ ਕੰਟਰੀ ਆ ਇਹ ਪਰ ਜੇ ਉਹ ਇੱਕ ਟ੍ਰਾਈਬ ਆ ਕਬੀਲਾ ਆ ਤੁਸੀਂ ਕਿਸੇ ਦੇ ਖਿਲਾਫ ਇੱਕ ਸਟੇਰੀਓਟਾਈਪੀਕਲ ਬਲੈਂਕਟ ਕੋਈ ਹੇਟ ਵਾਲੀ ਨਹੀਂ ਦੇ ਸਕਦੇ ਸਟੇਟਮੈਂਟ ਜਿਹੜੀ ਉਸ ਐਗਜ਼ੀਬਿਸ਼ਨ ਚ ਦਿੱਤੀ ਹੋਈ ਆ ਉਹ ਸਿੱਖਾਂ ਦੇ ਖਿਲਾਫ ਵੀ ਦਿੱਤੀ ਹੋਈ ਆ ਉਹ ਪੰਜਾਬੀਆਂ ਦੇ ਖਿਲਾਫ ਵੀ ਦਿੱਤੀ ਹੋਈ ਆ ਤੇ ਉਹ ਜੱਟਾਂ ਦੇ ਖਿਲਾਫ ਵੀ ਦਿੱਤੀ ਹੋਈ ਆ ਸੋ ਮੇਰੀ ਫੈਡਰਲ ਗਵਰਨਮੈਂਟ ਨੂੰ ਇਹ ਬੇਨਤੀ ਆ ਕਿ ਪਲੀਜ਼ ਆਪਣੇ ਜਿਹੜੇ ਸੂਜਵਾਨ ਤੁਹਾਡੇ ਲੋਗ ਨੇ ਉਹਨਾਂ ਨੂੰ ਭੇਜਣ ਉੱਥੇ ਉਹ ਦੇਖਣ ਕਿ ਲਿਖਿਆ ਕੀ ਹੋਇਆ ਸਿਰਫ ਕੱਲਾ ਐਂਟੀਰੇਸੀਸ ਲਿਖ ਕੇ ਗੱਲ ਨਹੀਂ ਬਣਨੀ ਅੰਦਰ ਫਿਰ ਇਹਦਾ ਮਤਲਬ ਜੋ ਮਰਜ਼ੀ ਲਿਖੀ ਜਾਓ ਯੋਦਲੇ ਇੱਕ ਵੀਡੀਓ ਵੀ ਬਣਾਈ ਆ ਤੁਸੀਂ ਹਾਂਜੀ ਮੈਂ ਮੈਂ ਜਦੋਂ ਸਾਰਿਆਂ ਨੂੰ ਬੇਨਤੀਆਂ ਕੀਤੀਆਂ ਔਰ ਉਹਦੇ ਵਿੱਚ ਇੱਕ ਪ੍ਰੋਫੈਸਰ ਸਾਹਿਬ ਨੇ ਗੁਰਵਿੰਦਰ ਹੁਣੀ ਉਹਨਾਂ ਨੇ ਗੱਲ ਕੀਤੀ ਹੈ ਇੱਕ ਮੈਂ ਭਾਈ ਸਾਹਿਬ ਦਾ ਨਾਮ ਨਹੀਂ ਲੈਣਾ ਉਹ ਕਹਿੰਦੇ ਸੀ ਮੈਂ ਵੀ ਵੀਡੀਓ ਬਣਾ ਕੇ ਭੇਜਣੀ ਆ ਉਹ ਸਿਆਣੇ ਨੇ ਥੋੜੇ ਔਰ ਉਹਨੂੰ ਮੇਰੇ ਕਾਹ ਦੇਰ ਲੱਗ ਰਹੀ ਹੈ ਇਦਾਂ ਹੀ 5 6 ਬੰਦੇ ਹੋਰ ਨੇ ਜਿਹੜੇ ਇਹਦੇ ਬਾਰੇ ਗੱਲ ਕਰ ਰਹੇ ਨੇ ਸੋ ਵੀਡੀਓ ਮੈਂ ਮੇਰਾ ਕੋਈ ਇੰਟੈਂਸ਼ਨ ਇਹ ਨਹੀਂ ਜੀ ਹੈਗੀ ਕਿ ਕਿਸੇ ਨੂੰ ਆਪਾਂ ਮਾੜਾ ਦਿਖਾਉਣਾ ਹੈ ਸਿੱਖ ਦੀ ਇੰਟੈਂਸ਼ਨ ਹੈ ਨਹੀਂ ਪੰਜਾਬੀ ਦੀ ਇੰਟੈਂਸ਼ਨ ਹੈ ਨਹੀਂ ਪਰ ਜਿੱਦਾਂ ਅਸੀਂ ਕਹਿੰਦੇ ਆ ਨਾ ਕਿ ਸਾਊਥ ਈਸ਼ੀਅਨ ਟਰਮ ਸਾਨੂੰ ਆਇਡੈਂਟੀਟੀ ਨੂੰ ਡਿਲੀਊਟ ਕਰਦੀ ਹੈ ਇਸੇ ਤਰ੍ਹਾਂ ਜਦੋਂ ਫੈਡਰਲ ਪੈਸੇ ਲੈ ਕੇ ਜੇ ਤੁਸੀਂ ਸਿੱਖਾਂ ਦੇ ਜੱਟਾਂ ਦੇ ਪੰਜਾਬੀਆਂ ਦੇ ਸਿਰ ਤੇ ਜੁੱਤੀਆਂ ਮਾਰਨਾ ਚਾਹੁੰਦੇ ਹੋ ਉਹਨਾਂ ਨੂੰ ਦਿਖਾਉਣਾ ਚਾਹੁੰਦੇ ਹੋ ਕੈਨੇਡਾ ਚ ਕਿ ਇਹ ਰੇਸਿਸ ਨਹੀਂ ਫਿਰ ਉਹ ਸਾਨੂੰ ਕਬੂਲ ਨਹੀਂ ਹੋਏਗਾ ਔਰ ਜਿਹੜਾ ਮੈਨੂੰ ਪਤਾ ਲੱਗਾ ਮੈਂ ਭਾਈ ਸਾਹਿਬ ਦਾ ਨਾਮ ਨਹੀਂ ਲੈਣਾ ਕਿਉਂਕਿ ਮੈਂ ਨਾਮ ਨਹੀਂ ਲਵਾਗਾ ਉਹਨਾਂ ਦਾ ਨਾਮ ਮੈਂ ਆਪਣੇ ਦੋਸਤਾਂ ਵਿੱਚ ਤਾਂ ਲਿਆ ਹੋਇਆ ਉਹਨਾਂ ਨੇ ਮੈਨੂੰ ਦੱਸਿਆ ਮੈਂ ਸਵਰਨ ਐਫੀਡੇਵਿਟ ਤੇ ਮੈਂ ਸਟੇਟਮੈਂਟ ਦੇ ਸਕਦਾ ਕਿ ਜਿਹੜੀ ਉਹ ਐਗਜ਼ਿਬਿਸ਼ਨ ਆ ਉਹ ਜਦੋਂ ਮੇਚ ਖੁੱਲਣੀ ਆ ਉਹਨਾਂ ਨੇ ਉਹ ਗੁਰਦੁਆਰਾ ਸਾਹਿਬ ਚ ਲੈ ਕੇ ਜਾਣੀ ਆ ਇਸ ਇੰਟੈਂਸ਼ਨ ਦੇ ਨਾਲ ਕਿ ਉੱਥੋਂ ਨਾ ਹੋਣੀ ਆ ਸਾਨੂੰ ਕਿਉਂਕਿ ਉੱਚ ਸਹੀ ਨਹੀਂ ਲਿਖਿਆ ਹੋਇਆ ਉਹਨਾਂ ਦੇ ਨਾਲ মিডিਏ ਵਾਲੇ ਹੋਣੇ ਨੇ ਤੇ ਫਿਰ ਜਿਹੜੀ ਇਹ ਐਗਜ਼ਿਬਿਸ਼ਨ ਵਾਲੇ ਆ ਇਹਨਾਂ ਨੇ ਡਿਸਕ੍ਰਿਮੀਨੇਸ਼ਨ ਦਾ ਰੋਣਾ ਪਾਉਣਾ ਆ ਬੇਅ ਦੇਖੋ ਜੀ ਆਹ ਦੇਖੋ ਕੀ ਹੋ ਰਿਹਾ ਇਹ ਇੰਟੈਂਸ਼ਨ ਹੈ ਉਹਨਾਂ ਦੀ ਇਹ ਮੈਂ ਮੈਂ ਤਾਂ ਹੀ ਮੈਂ ਤੁਹਾਨੂੰ ਕਿਹਾ ਮੈਂ ਸੌਨ ਐਫਿਡੇਵਿਟ ਤੇ ਗੱਲ ਲਿਖ ਕੇ ਦੇ ਸਕਦਾ ਮੈਂ ਉਹ ਭਾਈ ਸਾਹਿਬ ਨੂੰ ਕਹਿਣਾ ਕਿ ਤੁਸੀਂ ਭਾਈ ਸਾਹਿਬ ਤੁਸੀਂ ਜੇ ਗੱਲ ਆਪ ਕਰਦੇ ਹੋ ਤਾਂ ਵਧੀਆ ਹੋਏਗਾ ਬਜਾਏ ਕਿ ਮੇਰੇ ਕਰਨ ਦੇ ਸੋ ਮੈਨੂੰ ਇਹ ਵੀ ਲੱਗਦਾ ਵੀ ਸ਼ਾਇਦ ਕੁਝ ਥਾਵਾਂ ਇਦਾਂ ਦੀਆਂ ਹੋਣ ਧਾਰਮਿਕ ਥਾਵਾਂ ਉਹ ਆਪਣੀਆਂ ਜਿੱਥੇ ਉਹ ਅਲਾਉ ਕਰ ਦੇਣ ਸ਼ਾਇਦ ਇਹ ਲੋਕ ਇਹ ਰੌਲਾ ਪਵਾਉਣਾ ਚਾਹੁੰਦੇ ਨੇ ਕਿ ਸਰਟਨ ਗੁਰਦੁਆਰੇ BC ਵਿੱਚ ਹੈਗੇ ਨੇ ਜਿਹੜੇ ਰੈਡੀਕਲ ਨੇ ਤੇ ਸਰਟਨ ਪ੍ਰੋਗਰੈਸਿਵ ਨੇ ਸੋ ਇਹਨਾਂ ਦਾ ਪੂਰਾ ਮੈਨੂੰ ਇੰਟੈਂਸ਼ਨ ਨਹੀਂ ਪਤਾ ਪਰ ਮੈਨੂੰ ਇਸ ਗੱਲ ਦਾ ਪੱਕਾ ਪਤਾ ਕਿਉਂਕਿ ਮੈਨੂੰ ਕਿਸੇ ਨੇ ਦੱਸਿਆ ਹੋਇਆ ਮੈਂ ਭਾਈ ਸਾਹਿਬ ਦਾਗੇ ਨਾਮ ਨਹੀਂ ਲੈਣਾ ਉਹਨਾਂ ਦਾ ਕਿ ਇਹਨਾਂ ਦਾ ਇਹ ਮੋਟਿਵ ਆ ਸੋ ਜਿੰਨੀਆਂ ਧਾਰਮਿਕ ਸਥਾਨਾਂ ਨੇ ਚਾਹੇ ਮਸਜਿਦ ਆ ਚਾਹੇ ਮੰਦਿਰ ਆ ਚਾਹੇ ਗੁਰਦਾਰੇ ਮੇਰੀ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਆ ਉੱਥੇ ਜਾ ਕੇ ਦੇਖੋ ਕਿਉਂਕਿ ਇਹ ਐਗਜ਼ਿਬਿਸ਼ਨ ਨੇ ਇਦਾਂ ਕਦਾ ਰੌਲਾ ਪਾਉਣਾ ਆ ਜਿਹੜਾ ਆਪਣੇ ਤੋਂ ਸ਼ਾਮ ਨਹੀਂ ਹੋਣਾ ਬਾਅਦ ਚੋਂ ਇਹ ट्रैवलिंग ਐਗਜ਼ੀਬਿਸ਼ਨ ਆ ਔਰ ਮੈਨੂੰ ਪਤਾ ਨਹੀਂ ट्रैवलिंग ਦਾ ਕਿੰਨੀ ਗ੍ਰਾਂਟ ਮਿਲਦੀ ਹੁੰਦੀ ਆ I have no idea ਕਿੱਥੇ ਕਿੱਥੇ ਲਿਜਾਣਿਆ ਕੋਸਟ 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 ਸੋ ਤੁਸੀਂ ਦੇਖੋ ਕਿ ਕਿੱਥੇ ਕਿੱਥੇ ਸਿੱਖਾਂ ਦੇ ਪੰਜਾਬੀਆਂ ਦੇ ਤੇ ਜੱਟਾਂ ਦੇ ਜੁੱਤੀਆਂ ਪਵਾਈਆਂ ਜਾਣੀਆਂ ਆ ਆਰਗੇਨਾਈਜ਼ਰ ਕੌਣ ਆ ਆਰਗੇਨਾਈਜ਼ਰ ਮੈਂ ਜੀ ਪਤਾ ਕੀ ਆ ਮੈਂ ਇੱਕ ਬੰਦੇ ਦਾ ਨਾਮ ਨਹੀਂ ਲੈਣਾ ਕਿਸੇ ਦਾ ਔਰ ਦੁੱਖ ਦੀ ਗੱਲ ਇਹ ਆ ਕਿ ਜੇ ਆਪਣਾ ਝੱਗਾ ਚੱਕੋ ਤੇ ਢਿੱਡ ਨੰਗਾ ਹੁੰਦਾ ਪਿਆ ਸੋ ਆਰਗੇਨਾਈਜ਼ਰ ਤੁਸੀਂ ਦੇਖੋ ਔਰ ਮੇਰੀ ਇੱਕ ਮੈਂ ਨਾਮ ਜਰੂਰ ਲਵਾਵਾਂਗਾ ਹੁਣ ਜਿਹੜੇ ਸਾਡੇ ਸਿੱਖ ਹੈਰੀਟੇਜ ਵਾਲੇ ਸੂ ਜਵਾਨ ਬਹੁਤ ਅੱਛੀ ਤਰ੍ਹਾਂ ਕੰਮ ਕਰ ਰਹੇ ਨੇ ਬਹੁਤ ਚੜ੍ਹਦੀ ਕਲ ਵਾਲੀਆਂ ਗੱਲਾਂ ਕਰ ਰਹੇ ਨੇ ਉਹ ਬੇਨਤੀ ਕਰ ਰਹੇ ਜਿੱਦਣ ਇਹਦਾ ਪੈਨਲ ਉਹਨਾਂ ਨੇ ਡਿਸਕਸ਼ਨ ਕਰਨੀ ਹੈ 6 ਤਰੀਕ ਨੂੰ ਔਰ ਜਿਹੜੀਆਂ ਗੱਲਾਂ ਅੱਪ ਅੱਜ ਕੀਤੀਆਂ ਇਹ ਉਹਨਾਂ ਨੂੰ ਪੁੱਛਣ ਵੀ ਭਾਈ ਤੁਹਾਡੀ ਜ਼ਰੂਰਤ ਕਿੱਦਾਂ ਪੈ ਗਈ ਇਹ ਚੀਜ਼ਾਂ ਉੱਥੇ ਲਿਖਣ ਦੀਆਂ ਸੋ ਬੇਨਤੀ ਹੈ ਉਹਨਾਂ ਨੂੰ ਸਿੱਖ ਹੈਰੀਟੇਜ ਦੇ ਜਿਹੜੇ ਮਨਾ ਰਹੇ ਨੇ अपना महीना सॉरी ਹੁਣ ਜਿਹਦੇ ਨਾਲ ਤੁਹਾਡੇ ਜਥੇਬੰਦੀ ਦੇ ਨਾਲ ਕੁਝ مشورہ ਦੇਣਾ ਤੁਹਾਡੇ ਨਾਲ ਕੋਈ ਡਾਇਲੌਗ ਕਰਨਾ ਕਿਸ ਤਰ੍ਹਾਂ ਪਹੁੰਚ ਕਰ ਸਕਦਾ ਦੇਖੋ ਜੀ ਬੇਰਖਾਲ ਜੇ ਤਾਂ ਇਸ ਐਗਜ਼ੀਬਿਸ਼ਨ ਦੇ ਸਬੰਧਤ ਡਾਇਲੌਗ ਹੋਣਾ ਨਾ ਠੀਕ ਹੈ ਮੇਰੀ ਸਾਰੇ ਗੁਰਦੁਆਰਾ ਸਾਹਿਬਾਨ ਨੂੰ ਬੇਨਤੀ ਹੈ ਕਿ ਉਹ ਆਪਣੇ ਆਪਣੇ ਰੈਪ੍ਰੈਜ਼ੈਂਟਡ ਭੇਜ ਕੇ ਇਹਨੂੰ ਦੇਖਣ ਹੋ ਸਕਦਾ ਮੈਨੂੰ ਕੁਝ ਜਿਆਦਾ ਗਲਤ ਲੱਗਾ ਹੋ ਸਕਦਾ ਉਹਨਾਂ ਨੂੰ ਨਾ ਲੱਗੇ ਉਹਨਾਂ ਨੂੰ ਨਾ ਲੱਗੇ ਹੈਨਾ ਸੋ ਇਦਾਂ ਆਪਾਂ ਨੂੰ ਰੀਜ਼ਨੇਬਲ ਹੋਣਾ ਪੈਣਾ ਇੱਥੇ ਪਰ ਮੈਨੂੰ ਲੱਗਦਾ ਵੀ ਜਦੋਂ ਗੁਰਦੁਆਰਾ ਸਾਹਿਬ ਨੇ ਉੱਥੇ ਜਾਣਾ ਉਹ ਸੀਨ ਵਧੀਆ ਨਹੀਂ ਹੋਏਗਾ ਉੱਥੇ ਕਿਉਂਕਿ ਹਰੇਕ ਬੰਦੇ ਦਾ ਆਪਣੇ ਗੁਰੂ ਪ੍ਰਤੀ ਪ੍ਰੇਮ ਵੱਖਰਾ ਆ ਹਾਂਜੀ ਬਿਲਕੁਲ ਸੋ ਇਹ 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 ਬੇਨਤੀ ਹੈ ਕਿ ਕੰਟੈਕਟ ਆਪਣੇ ਆਪਣੇ ਗੁਰਦੁਆਰਾ ਸਾਹਿਬ ਨੂੰ ਕਰੋ ਜਿੱਥੇ ਵੀ ਤੁਸੀਂ ਜਾਣੇ ਹੋ ਔਰ ਉੱਥੇ ਉਹਨਾਂ ਨੂੰ ਪੁੱਛੋ ਵੇ ਭਾਈ ਇਹ ਫੈਡਰਲ ਗਵਰਨਮੈਂਟ ਨੇ ਇਹ ਐਗਜ਼ੀਬਿਸ਼ਨ ਅਲਾਉ ਕਿਦਾਂ ਕਰ ਦਿੱਤੀ ਜੇ ਆਪਾਂ ਕਹਿੰਨੇ ਆ ਤੇ ਇੰਸਟੇਡਡ ਅਫੀਸ਼ਲ ਨੂੰ ਵੀ ਕਹੋ ਵੇ ਭਾਈ ਤੁਸੀਂ ਉੱਥੇ ਸਾਨੂੰ ਰਿਪਰਿਜ਼ੈਂਟ ਕਰਦੇ ਬਈ ਤੁਸੀਂ ਉੱਥੇ ਦੋ ਦੋ ਅਫੀਸ਼ਲ ਨੇ ਜੀ ਦੋਨੋਂ ਹੀ ਐਮਪੀ ਨੇ ਮੈਂ ਫੇਰ ਨਾਮ ਨਹੀਂ ਲੈਣਾ ਪਰ ਤੁਸੀਂ ਜਾ ਕੇ ਪੜੋ ਕਿ ਇੱਕ ਨੂੰ ਤਾਂ ਪਤਾ ਨਹੀਂ ਹੋਣਾ ਮੈਂ ਕਹਿ ਸਕਦਾ ਦੂਜੇ ਨੂੰ ਪਤਾ ਹੋਣਾ ਚਾਹੀਦਾ ਆ ਹਾਂ ਜਿਨ੍ਹਾਂ ਨੇ ਰਿਬਨ ਕੱਟਿਆ ਜੀ 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 ਕਮਾਲ ਕਰਦੇ ਧੰਨਵਾਦ ਬਹੁਤ ਬਹੁਤ ਸਦਾ ਤਤਪਰ ਰਹਿੰਦੇ ਹੋ ਅਲਰਟ ਰਹਿੰਦੇ ਹੋ ਤੇ ਸਨੇਹਾ ਦੇਣ ਆਉਂਦੇ ਹੋ ਫੇਰ ਵੀ ਜਦ ਵੀ ਜ਼ਰੂਰਤ ਹੈ ਜਦ ਵੀ ਮਹਿਸੂਸ ਕਰਦੇ ਹੋ ਜਰੂਰ ਪਹੁੰਚੋ ਜਾਣਕਾਰੀ ਹੋਰ ਵਨਜਾਰਾ w ਨਾਲ ਵਨਜਾਰਾ nomad.com w a n j a r a n o m a d.com i am not southasian.com ਇਹ ਵੀ ਨਾਲ ਜੀ ਜੀ ਆਈ ਐਮ ਏ ਐਮ ਏ ਐਮ ਹਾਂਜੀ ਆਈ ਏ ਆਈ ਐਮ ਸਾਊਥ ਏਸ਼ੀਅਨ ਵਾਲੀ ਮੁਹਿੰਮ ਠੋਸ ਹੋ ਗਈ ਕਿ ਹਲੇ ਚੱਲਦੀ ਰਹਿਣੀ ਹੈ ਇਹਨੇ ਕੋਈ ਕੰਮ ਕਰਤਾ ਸਾਊਥ ਏਸ਼ੀਅਨ ਦਾ ਜੀ ਉਦਾਂ ਕਮਾਲ ਹੋ ਗਿਆ ਇੱਕ ਕਿ ਉਹ ਉਹਨਾਂ ਨੇ ਮੰਨ ਲਿਆ ਸਾਡੀ ਬੇਨਤੀ ਸਾਡੀ ਅਸੀਂ ਇਹਨੂੰ ਬੇਨਤੀ ਕਿੰਦੇ ਆ ਜੀ ਬੇਨਤੀ ਹੋਈ ਆ ਜੀ ਬੇਨਤੀ ਸਾਡੀ ਬੇਨਤੀ ਆ ਉਹ ਉਹਨਾਂ ਨੇ ਸਾਨੂੰ ਇਸ ਗੱਲ ਇਕਨੋਲਜ ਕੀਤਾ ਉਹ ਸਾਨੂੰ ਕੈਨੇਡੀਅਨ ਸਾਧਰੇ ਨੇ ਦੇਖੋ ਕਿੰਨੀ ਖੂਬਸੂਰਤ ਕਮਾਲ ਹੋਇਆ ਔਰ ਅਸੀਂ ਅ ਉਹਨਾਂ ਨਾਲ ਇਹ ਗੱਲ ਜ਼ਾਹਿਰ ਕੀਤੀ ਹੈ ਕਿ ਅਸੀਂ ਇਹ ਸਮਝਦੇ ਹਾਂ ਕਿ ਤੁਹਾਡੇ ਹੱਥ ਥੋੜ੍ਹੇ ਜੇ ਬੰਨੇ ਹੋਏ ਨੇ ਕਿਉਂਕਿ ਜਿਹੜੀ ਇਹ ਡਾਇਰੈਕਸ਼ਨ ਨੇ ਹੈ ਫੈਡਰਲ ਗਵਰਨਮੈਂਟ ਤੋਂ ਆਣੀ ਚਾਹੀਦੀ ਆ ਉਹਨਾਂ ਨੂੰ ਇਹ ਟਰਮ ਨੂੰ ਦੁਰਸਤ ਕਰਨਾ ਚਾਹੀਦਾ ਜਿਹੜੀ ਸਾਡੀ ਸਟੈਟ ਕੈਨੇਡਾ ਉਹਨਾਂ ਨੂੰ ਇਹ ਸੁਨੇਹਾ ਜਾਣਾ ਚਾਹੀਦਾ ਕਿ ਭਾਈ ਜਿਹੜੇ ਸਿੱਖ ਕੈਨੇਡੀਅਨ ਨੇ ਪੰਜਾਬੀ ਕੈਨੇਡੀਅਨ ਨੇ ਪਾਕਿਸਤਾਨੀ ਕੈਨੇਡੀਅਨ ਨੇ ਅਫਗਾਨੀ ਕੈਨੇਡੀਅਨ ਨੇ ਹਿੰਦੂ ਕੈਨੇਡੀਅਨ ਨੇ ਸਾਡੇ ਮੁਸਲਮਾਨ ਵੀਰ ਨੇ ਉਹਨਾਂ ਨਾਲ ਧੱਕਾ ਨਾ ਕਰੋ ਹੁਣ ਉਹਨੂੰ ਉਹਨੂੰ ਉਹਦੀ ਰਿਪਰੈਜੈਂਟੇਸ਼ਨ ਕੈਨੇਡੀਅਨ ਆਫ ਸਾਊਥ ਹੈਰੀਟੇਜ ਸਾਊਥ ਏਸ਼ੀਅਨ ਹੈਰੀਟੇਜ ਇੱਧਰ ਨੂੰ ਗੱਲ ਚੱਲੀ ਹੈਰੀਟੇਜ ਕਰਦਾ ਹਾਂ ਹਾਂਜੀ ਪਹਿਲਾਂ ਸਾਡੀ ਗੱਲ ਜਦੋਂ ਚੱਲੀ ਹਲੇ ਨਾ ਹਲੇ ਹੋਰ ਠੀਕ ਕਰਨਾ ਹੈ ਐਟ ਲੀਸਟ ਆਪਾਂ ਸਾਊਥ ਏਸ਼ੀਆ ਤੋਂ ਕੈਨੇਡਾ ਤੱਕ ਆ ਗਏ ਹਾਂਜੀ ਪਰ ਹਲੇ ਗੱਲ ਬਣਨੀ ਹੈ ਹਾਂਜੀ ਹਾਂਜੀ ਹੁਣ ਤੁਸੀਂ ਦੇਖੋ ਨਾ ਬਈ ਗੁਰੂ ਨਾਨਕ ਜਹਾਜ਼ ਕਦੋਂ ਆਇਆ ਸੀ ਬਰਾਡ ਇਨ ਲੈਂਡ 'ਚ ਤੇ ਅੱਜ ਅਸੀਂ ਬੜੇ ਮਾਣਨਾ ਕਹਿ ਸਕਦੇ ਹਾਂ ਵੀ ਅੱਜ ਅਸੀਂ ਕੈਨੇਡੀਅਨ ਬਣ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈਫ ਸੁਪਰਵਾਈਜ਼ਰ ਆਰਈਐਸਪੀ ਗਰੁੱਪ ਇੰਸ਼ੋਰੈਂਸ ਦੀਆ ਪ੍ਰੈਸ਼ਰ ਸੇਲਸ ਕਾਲ ਤੋਂ ਤੰਗ ਹੋ ਜੇ ਬਿਜ਼ਨਸ